ਸਤਿ ਸ਼੍ਰੀ ਅਕਾਲ ਦੈਨਿਕ ਸਵਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਪਮਿਲ ਪਾਟਿਆ ਦੇਸ਼ ਦੇ ਵਿੱਚ ਕਰੋਨਾ ਨੇ ਇੱਕ ਵਾਰ ਫਿਰ ਤੋਂ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਵੀ ਕਰੋਨਾ ਨੂੰ ਲੈ ਕੇ ਸਖਤੀਆਂ ਵਧੀਆਂ ਜਾ ਰਹੀਆਂ ਨੇ ਪਰ ਇਸ ਦੇ ਇਲਾਜ ਨੂੰ ਲੈ ਕੇ ਦੁਬਾਰਾ ਤੋਂ ਲੋਕ ਕਰੇਲੂ ਨੁਸਖੇ ਜਾਂ ਆਯੁਰਵੈਦਿਕ ਨੁਸਖਿਆਂ ਤੇ ਗੱਲਬਾਤ ਕਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਜੁੜ ਰਹੇ ਨੇ ਜਿਨ੍ਹਾਂ ਨੇ ਵਿਸ਼ਵ ਭਰ ਦੇ ਵਿੱਚ ਆਯੁਰਵੇਦ ਦਾ ਪ੍ਰਚਾਰ ਕੀਤਾ ਆਯੁਰਵੇਦ ਨੂੰ ਲੈ ਕੇ ਗਏ ਇਨਾਂ ਦੀ ਉਪਲਬਧੀ ਇਹ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬਹੁਤ ਸਾਰੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਆਯੁਰਵੇਦਿਕ ਨੁਸਖੇ ਜਾਂ ਆਯੁਰਵੇਦਿਕ ਇਲਾਜ ਇਹਨਾਂ ਤੋਂ ਲੈਂਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਅਟਲ ਬਿਹਾਰੀ ਵਾਜਪਈ ਨਰਿੰਦਰ ਮੋਦੀ ਮੁਰਾਰਜੀ ਦੇਸਾਈ ਜਾਂ ਨਰਸੀਮਾ ਰਾਓ ਵਰਗੇ ਨਾਮ ਵੀ ਸ਼ਾਮਿਲ ਹੈਗੇ ਨੇ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਖਾਸ ਮਹਿਮਾਨ ਜੁੜੇ ਨੇ ਉਹਨਾਂ ਦਾ ਪਦਮਸ਼ਰੀ ਪਦਮ ਵਿਭੂਸ਼ਣ ਵਰਗੇ ਸਨਮਾਨਾਂ ਦੇ ਨਾਲ ਇਹਨਾਂ ਨੂੰ ਨਵਾਜ਼ਿਆ ਜਾ ਚੁੱਕਾ ਹੈ ਸਾਡੇ ਨਾਲ ਨੇ ਦਿਵਿੰਦਰ ਤ੍ਰਿਗੁਣਾ ਵੇ ਦਿਵਿੰਦਰ ਤ੍ਰਿਗੁਣਾ ਪ੍ਰੈਜ਼ੀਡੈਂਟ ਨੇ 올 ਇੰਡੀਆ ਆਯੁਰਵੇਦ ਕੌਂਗਰੈਸ ਦੇ ਪ੍ਰੈਜ਼ੀਡੈਂਟ ਨੇ ਨੈਸ਼ਨਲ ਅਕੈਡਮੀ ਆਫ ਆਯੁਰਵੇਦ ਗਵਰਨਮੈਂਟ ਆਫ ਇੰਡੀਆ ਜਿਹੜੀ ਮਿਨਿਸਟਰੀ ਆਫ ਆਯੂਸ਼ ਤੇ ਰਹੀ ਨੋਂਦੀ ਹੈ ਵੈਸਾ ਬਹੁਤ ਬਹੁਤ ਸਵਾਗਤ ਹੈ ਜੀ ਦਿਨਿਕ ਸਵੇਰਾ ਦੇ ਸਟੂਡੀਓ ਚ ਨਮਸਕਾਰ ਹੂੰ ਜਿਹੜੀ ਸਭ ਤੋਂ ਪਹਿਲਾਂ ਅਸੀਂ ਗੱਲ ਕਹੀ ਤੁਸੀਂ ਇਹਨੇ ਸਾਰੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਆਯੁਰਵੇਦ ਦੇ ਜਿਹੜੇ ਗੁਣਾਂ ਦੇ ਬਾਰੇ ਦੱਸ ਚੁੱਕੇ ਨੇ ਦੱਸ ਚੁੱਕੇ ਉਹਨਾਂ ਨੂੰ ਇਲਾਜ ਕਰਦੇ ਰਹੇ ਹੁਣ ਮੌਜੂਦਾ ਸਥਿਤੀ ਦੇ ਵਿੱਚ ਅਸੀਂ ਇਸ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗੇ ਕਿਉਂਕਿ ਜੇ ਅਸੀਂ ਦੇਖਿਆ ਕਿ ਪਹਿਲਾਂ ਵੀ ਜਦੋਂ ਕਰੋਨਾ ਆਇਆ ਸੀਗਾ ਤੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਐਲੋਪੈਥੀ ਤੋਂ ਆਯੁਰਵੈਦਿਕ ਵੱਲ ਨੂੰ ਸ਼ਿਫਟ ਹੋਇਆ ਇਹ ਸਿਰਫ ਪੰਜਾਬ ਹੀ ਨਹੀਂ ਭਾਰਤ ਨਹੀਂ ਵਿਸ਼ਵ ਭਰ ਦੇ ਵਿੱਚ ਇਹ ਸ਼ਿਫਟ ਨਜ਼ਰ ਆਇਆ ਸੀਗਾ ਹੁਣ ਜਦ ਦੁਬਾਰਾ ਜਦੋਂ ਲਾਕਡਾਊਨ ਵੱਲ ਨੂੰ ਜਾ ਰਹੀਆਂ ਸਥਿਤੀਆਂ ਨਾਈਟ ਕਰਫਿਊ ਤੱਕ ਅਸੀਂ ਪਹੁੰਚ ਗਏ ਕਰੋਨਾ ਵਧਣਾ ਸ਼ੁਰੂ ਹੋ ਗਿਆ ਇਸ ਸਭ ਦੇ ਵਿੱਚ ਹੁਣ ਆਯੁਰਵੇਦ ਦਾ ਫਾਇਦਾ ਲੋਕ ਕਿਸ ਤਰ੍ਹਾਂ ਦੇ ਨਾਲ ਲੈ ਸਕਦੇ ਨੇ ਮੋٹے ਤੌਰ ਦੇ ਉੱਤੇ ਹਾਲਾਂਕਿ ਐਲੋਪੈਥਿਕ ਇਲਾਜ ਚੱਲ ਰਹੇ ਨੇ ਪਰ ਤੁਸੀਂ ਕੀ ਸੁਜੈਸਟ ਕਰਦੇ ਹੋ ਲੋਕਾਂ ਨੂੰ ਅੱਜ ਦੇ ਸਮੇਂ ਦੇ ਮੁਤਾਬਕ ਦੇਖਿਓ ਮੇਰਾ ਇਹਦੇ ਵਿੱਚ ਇਹ ਕਹਿਣਾ ਹੈ ਕਿ ਇੱਕ ਤਾਂ ਇੰਡੀਆ ਦੇ ਵਿੱਚ ਕੋਵਿਡ ਹੂੰ ਕਾਫੀ ਗਵਰਨਮੈਂਟ ਨੇ ਕੰਟਰੋਲ ਕੀਤਾ ਹੂੰ ਭਾਰਤ ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਸਟੇਟ ਗਵਰਨਮੈਂਟਸ ਉਹਨਾਂ ਨੇ ਬਹੁਤ ਜ਼ਿਆਦਾ ਇਤੇ ਧਿਆਨ ਦਿੱਤਾ ਹੂੰ ਔਰ ਜਿਹੜਾ ਸ਼ੁਰੂ ਦੇ ਵਿੱਚ ਉਹਨੇ ਲਾਕਡਾਊਨ ਲਗਾਇਆ ਉਹਦਾ ਬਹੁਤ ਫਾਇਦਾ ਸੀ ਹਮਮ ਔਰ ਲੋਗਾ ਨੇ ਉਹਦਾ ਪਾਲਣ ਵੀ ਕੀਤਾ ਹਮਮ ਔਰ ਉਹਦੇ ਵਿੱਚ ਜੋ ਮਾਸਕ ਬਹੁਤ ਜ਼ਰੂਰੀ ਸੀ ਸੋਸ਼ਲ ਡਿਸਟੈਂਸਿੰਗ ਸੀ ਉਦੋਂ ਹਾਲੇ ਵੈਕਸੀਨ ਨਹੀਂ ਆਈ ਸੀ ਹਮਮ ਲੇਕਿਨ ਸਾਡੇ ਪ੍ਰਾਈਮ ਮਿਨਿਸਟਰ ਨੇ ਇੱਕ ਆਹ्वान ਕੀਤਾ ਸਾਡੇ ਮਿਨਿਸਟਰੀ ਆਯੂਸ਼ ਨੂੰ ਕਿ ਆਯੁਰਵੇਦ ਤੇ ਲੋਗਾ ਨੂੰ ਆਯੂਸ਼ ਮਿਨਿਸਟਰੀ ਦੇ ਵਿੱਚ ਕੁਝ ਕਰਨਾ ਚਾਹੀਦਾ ਪਹਿਲੀ ਸਾਡੀ ਵਰਚੁਅਲ ਮੀਟਿੰਗ ਉਹਨਾਂ ਦੇ ਨਾਲ ਪਿਛਲੇ ਸਾਲ ਮਾਰਚ ਦੇ ਵਿੱਚ ਹੋਈ ਸੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਔਰ ਉਹਦੇ ਵਿੱਚ ਇੰਡੀਆ ਦੇ ਕਾਫੀ ਸਾਰੇ ਵਿਦਵਾਨ ਆਯੁਰਵੇਦ ਦੇ ਲੋਕ ਮੈਂ ਦਿੱਲੀ ਤੋਂ ਜੁੜਿਆ ਸੀ ਔਰ ਅਸੀਂ ਸਿਲੇਕਸ਼ਨ ਦਿੱਤਾ ਸੀ ਮਿਨਿਸਟਰੀ ਆਯੂਸ਼ ਨੂੰ ਕਿ ਕਿਸ ਪ੍ਰਕਾਰ ਇਹ ਆਯੂਸ਼ ਕਵਾਤ ਜਿਹੜਾ ਆਯੂਸ਼ ਕੜਾ ਹੈ ਉਹਦਾ ਨਿਰਮਾਣ ਕੀਤਾ ਫੇ ਅਸੀਂ ਕਿਹਾ ਵੀ ਕਿਸ ਪ੍ਰਕਾਰ ਤੇ ਸਰੀਰ ਦੀ ਇਮਿਊਨਿਟੀ ਬਣਾਉਣੀ ਹੈ ਉਹਦੇ ਵਿੱਚ ਚਾਵਲ ਪ੍ਰਾਸ਼ ਹੈ ਔਰ ਵੀ ਬ੍ਰह्म ਰਸਾਇਣ ਹੈ ਮੁਲਠੀ ਹੈ ਤુલਸੀ ਹੈ ਕਾਲੀ ਮਿਰਚ ਹੈ ਇਹਦਾ ਕਿਦਾਂ ਉਪਯੋਗ ਕਰਨਾ ਔਰ ਉਹਦੇ ਵਿੱਚ ਹੀ ਅਸੀਂ ਇਹ ਫਾਰਮੂਲਾ ਬਣਾ ਕੇ ਦਿੱਤਾ ਆਯੂਸ਼ ਕੜੇ ਦਾ ਔਰ ਜਿੰਨਾ ਕਿ ਸਰੀਰ ਦੀ ਇਮਿਊਨਿਟੀ ਬਣੇ ਔਰ ਵਿਅਕਤੀ ਜਿਹੜਾ ਹੈਗਾ ਆਪਣੀ ਜੋ ਇਮਿਊਨਿਟੀ ਬਣਾਊਗਾ ਉਹਦੇ ਨਾਲ ਫੇ ਉਹਨੂੰ ਬਿਮਾਰੀ ਘੱਟ ਫੈਲੂਗਲ ਉਹੀ ਕਾਰਨ ਹੋਇਆ ਕਿ 40 ਦੁਨੀਆ ਦੇ ਵਿੱਚ ਅਮਰੀਕਾ ਜਾਂ ਯੂਰੋਪ ਦੇ ਵਿੱਚ ਜਿੰਨੀ ਤੇਜ਼ੀ ਨਾਲ ਫੈਲਿਆ ਜਿੰਨੀ ਜ਼ਿਆਦਾ ਉੱਥੇ ਮੌਤਾਂ ਹੋਈਆਂ ਇੰਡੀਆ ਦੇ ਵਿੱਚ ਬਹੁਤ ਘੱਟ ਹੋਈਆਂ ਔਰ ਕੋਵਿਡ ਉਹਦੇ ਮੁਕਾਬਲੇ ਘੱਟ ਫੈਲਿਆ ਔਰ ਉਹਦਾ ਮੇਨ ਕਾਰਨ ਇਹ ਸੀ ਕਿ ਸਾਡਾ ਆਯੂਸ਼ ਪ੍ਰੋਟੋਕਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਲੋਕਾਂ ਨੇ ਮੰਨਿਆ ਜਾਂ ਕਿਸੇ ਨੇ ਹਲਦੀ ਲਈ ਸਾਡਾ ਇੱਕ ਨਾਰਾ ਸੀਗਾ ਕਿ ਸਵਰੇ ਜਦ ਤੁਸੀਂ ਉਠੋ ਚਵਨਪラス ਤੁਸੀਂ ਉਹਦਾ ਸ਼ੁਰੂ ਕਰੋ ਦੰਦੇ ਪੀ ਤੁਸੀਂ ਆਇ ਸ਼ਕੜਾ ਲਓ ਰਾਤ ਨੂੰ ਸੌਣ ਲੱਗੇ ਹਲਦੀ ਵਰਦੁੱਤ ਪੀਓ ਹਮ 골ਡਨ ਮਿਲਕ ਉਹਦੇ ਨਾਲ ਲੋਕਾਂ ਦੀ ਇਮਿਊਨਿਟੀ ਬਣੀ ਇੱਕ ਇੱਕ ਬਹੁਤ ਬੜੀ ਲੋਕਾਂ ਨੂੰ ਫਾਇਦਾ ਹੋਇਆ ਫਾਇਦਾ ਹੋਇਆ ਹੁਣ ਜੋ ਲੋਕ ਨਹੀਂ ਜਾਣਦੇ ਉਹਨਾਂ ਦੀ ਜਾਣਕਾਰੀ ਲਈ ਤੁਸੀਂ ਦੱਸ ਦਈਏ ਕਿ ਆਯੁਰਵੇਦ ਪਰਵ ਮਨਾਇਆ ਜਾ ਰਿਹਾ ਹੈ ਇਸ ਸਮੇਂ ਪੰਜਾਬ ਦੇ ਵਿੱਚ ਵੀ ਔਰ ਖਾਸ ਤੌਰ ਤੇ ਜਲੰਧਰ ਦੇ ਵਿੱਚ ਪਹਿਲੀ ਵਾਰੀ ਆਯੁਰਵੇਦ ਪਰਵ ਮਨਾਇਆ ਜਾ ਰਿਹਾ ਇਸ ਆਯੁਰਵੇਦ ਪਰਵ ਦੇ ਵਿੱਚ ਜਿਹੜਾ ਕਰੋਨਾ ਕਾਲ ਦੇ ਵਿੱਚ ਮਨਾਇਆ ਜਾ ਰਿਹਾ ਇਹਦਾ ਲੋਕ ਕਿਸ ਤਰ੍ਹਾਂ ਦੇ ਨਾਲ ਫਾਇਦਾ ਲੈ ਸਕਦੇ ਨੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੀ ਹੈ ਲੋਕ ਸੋਚਣਾ ਚਾਹਣਗੇ ਸੋਚਣਗੇ ਕਿ ਅਸੀਂ ਇਸ ਦਾ ਹਿੱਸਾ ਕਿਵੇਂ ਬਣੀਏ ਸਾਨੂੰ ਇਹਦਾ ਕੀ ਫਾਇਦਾ ਹੋਏਗਾ ਦੇਖਿਏ ਕੋਰੋਨਾ ਇਸ ਕਾਲ ਦੇ ਵਿੱਚ ਕਿਉਂਕਿ ਕੋਰੋਨਾ ਨੂੰ ਦੁਆਰਾ ਦੁਆਰਾ ਸ਼ੁਰੂ ਹੋ ਰਿਹਾ ਹੈ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਬਹੁਤ ਹੋ ਰਿਹਾ ਹੈ ਜਾਂ ਕੇਰਲ ਦੇ ਵਿੱਚ ਵੀ ਹੈ ਗੁਜਰਾਤ ਵੀ ਹੈ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਇਆ ਵਿਸ਼ੇਸ਼ ਕਰਕੇ ਜਲੰਧਰ ਦੇ ਵਿੱਚ ਕੁਝ ਕੇਸਸ ਆਏ ਆ ਤਾਂ ਮੇਰਾ ਆਪਣਾ ਮਨਣਾ ਇਹ ਹੈ ਕਿ ਇਹਨੂੰ ਅਸੀਂ ਸ਼ਰੀਰ ਦੀ ਇਮਿਊਨਿਟੀ ਬਣਾਈਏ Hmm. कोविड hmm. और पोस्ट कोविड दोनों ਦਾ ਧਿਆਨ ਰੱਖਿਓ ਵਿਸ਼ੇਸ਼ ਕਰਕੇ ਜਦ ਤੱਕ ਅਸੀਂ ਸ਼ਰੀਰ ਦੀ ਇਮਿਊਨਿਟੀ ਬਣਾਉਗੇ ਉਸ ਲੋਕ ਤੋਂ ਅਸੀਂ ਬਚ ਨਹੀਂ ਸਕਦੇ ਸਾਨੂੰ ਦੁਆਰਾ ਫੇ ਸੋਸ਼ਲ ਡਿਸਟੈਂਸਿੰਗ ਲੋਕਾਂ ਨੇ ਜਿਹੜੀ ਛਾੜਤੀ ਸੀ ਉਹ ਕਰਨ ਆਪਣਾ ਮਾਸਕ ਜ਼ਰੂਰ ਪਾਉਣ ਔਰ ਹੁਣ ਜਦ ਕਿ ਇੱਕ ਸਟੇ ਕੋ ਵੈਕਸੀਨ ਆ ਗਈ ਹੈ ਉਸ ਵੈਕਸੀਨ ਦਾ ਵੀ ਇਸਤੇਮਾਲ ਕਰਨ ਜ਼ਰੂਰ ਲਗਵਾਉਣਾ ਤੋਂ ਡਰਨ ਨਹੀਂ ਔਰ ਬਾਰੇ ਵਿੱਚ ਜੋ ਪ੍ਰਾਂਤਿਆ ਕਰ ਰਹੇ ਆ ਕਿ ਬਦਲੇ ਇਹ ਸਾਈਡ ਇਫੈਕਟ ਹੋ ਰਹੇ ਆ ਸਭ ਗਲਤ ਹੈ ਮੇਰੀ ਰਾਏ ਦੇ ਵਿੱਚ ਹਰ ਵਿਅਕਤੀ ਨੂੰ ਜਦ ਵੀ ਉਹਦਾ ਨੰਬਰ ਆਵੇ कोविड वैक्सीन या जो भी बायोटेक है इंडिया की वैक्सीन और लगवानी चाहिए है ताकि शरीर की इम्यूनिटी बनूगी कोरोना अगेंस्ट और जो आयुष प्रोटोकॉल है जो सा दयानंद आयुर्वेद कॉलेज तीन दिन का आयुर्वेद पर्व बना रहे आयुर्वेद पर्व जो है इन अता कि कोविडशील्ड कोविड कि बचाव करना है आयुर्वेद पर जा रहे हैं क्योंकि मैं लगता दस दू लोग पहुंच सकते दयानंद ਆਯੁਰਵੈਦਿਕ ਕਾਲਜ ਹੈ ਇੱਥੇ ਜਲੰਧਰ ਦੇ ਵਿੱਚ ਜਿਹਦੇ ਵਿੱਚ ਕਿ ਤਿੰਨ ਦਿਨ ਇਹ ਪਰਵ ਚੱਲੂਗਾ ਅੱਜ ਸ਼ੁੱਕਰਵਾਰ 19 20 ਔਰ 21 ਔਰ ਤਿੰਨੋ ਦਿਨ ਇਹਦੇ ਵਿੱਚ ਲੈਕਚਰਸ ਵੀ ਹੋਊਗੇ ਜਿਹੜੇ ਵੀ ਲੋਕ ਆਉਗੇ ਉਹਨਾਂ ਨੂੰ ਆਯੁਰਵੈਦ ਦੇ ਬਾਰੇ ਦੱਸਿਆ ਜਾਊਗਾ ਉੱਥੇ ਫ੍ਰੀ ਕੰਸਲਟੇਸ਼ਨ ਹੋਗੀ ਉੱਥੇ ਕਾੜਾ ਵੀ ਫ੍ਰੀ ਮਿਲੂਗਾ ਦਵਾਈਆਂ ਵੀ ਫ੍ਰੀ ਮਿਲੂਗੀਆਂ ਜਿੰਨੇ ਵੀ ਲੋਕ ਆਉਗੇ ਉਹਨਾਂ ਨੂੰ ਕੋਵਿਡ ਦੇ ਐਂਗਲ ਤੋਂ ਵੀ ਔਰ ਵੈਸੇ ਵੀ ਜਨਰਲ ਸਵਾਸਥੇ ਬਾਰੇ ਵੀ ਉਹਨਾਂ ਨੂੰ ਉੱਥੇ ਦੱਸਿਆ ਵੀ ਜਾਊਗਾ ਔਰ ਇਸ ਵੇਲੇ ਜੇ ਕੋਈ ਕੋਵਿਡ ਨਾਲ ਰਿਲੇਟਡ ਸੁਝਾਵ ਲੈਣਾ ਚਾਹੁੰਦਾ ਕੋਈ ਵੀ ਬਾਕੀ ਬਿਮਾਰੀਆਂ ਜਿੰਨੇ ਵੀ ਉੱਥੇ ਸਿਹੜੇ ਚਿਕਿਤਸਕ ਬੈਠੋਗੇ ਤਾਂ ਫ੍ਰੀ ਕੰਸਲਟੇਸ਼ਨ ਲੋਗੇ ਫ੍ਰੀ ਦਵਾਈਆਂ ਮਿਲੂਗੀਆਂ ਔਰ ਉਹਦੇ ਬਾਅਦ ਵੀ ਜਿਆਦਾ ਖਤਮ ਵੀ ਹੋ ਜਾਊਗਾ ਔਰ ਇਹ ਬਾਅਦ ਵੀ ਜਿਹੜਾ ਸਿਹੜਾ ਹਸਪੀਟਲ ਹੈ ਬਾਅਦ ਦੇ ਵਿੱਚ ਵੀ ਜਿਹੜੇ ਮਰੀਜ਼ ਦਿਖਾ ਕੇ ਗਏ ਉਹਨਾਂ ਨੂੰ ਵੀ ਬਾਅਦੋਂ ਫ੍ਰੀ ਦਵਾਈਆਂ ਦਿੱਤੇ ਜਾਊਂਗੇ ਇੱਕ ਬਹੁਤ ਜ਼ਿਆਦਾ ਕਨਫਲਿਕਟ ਹੈ ਇਸ ਚੀਜ਼ ਨੂੰ ਲੈ ਕੇ ਕੀ ਆਯੁਰਵੈਦਿਕ ਇਲਾਜ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕਿ ਕੋਵਿਡ ਵਰਕੇ ਖਤਰਨਾਕ ਬਿਮਾਰੀ ਮਹਾਮਾਰੀ ਪੈਂਡੈਮਿਕ ਦੇ ਵਿੱਚ ਕਿ ਅਸੀਂ ਆਯੁਰਵੈਦਿਕ ਵਾਲੇ ਪਾਸੇ ਥੋੜਾ ਬਹੁਤ ਚਲੀਏ ਜਾਂ ਅਸੀਂ ਵੈਕਸੀਨ ਵਾਲੇ ਪਾਸੇ ਚਲੀਏ ਕਿ ਇੱਕ ਕੰਬੀਨੇਸ਼ਨ ਵੀ ਹੋ ਸਕਦਾ ਦੋਨੋਂ ਚੀਜ਼ਾਂ ਦਾ ਕਿ ਤੁਸੀਂ ਆਯੁਰਵੈਦਿਕ ਪਦਤੀ ਦਾ ਵੀ ਇਸਤੇਮਾਲ ਕਰੋ ਤੇ ਵੈਕਸੀਨ ਵੀ ਲਵੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਮੈਂ ਸਵਾਲ ਇਸ ਲਈ ਕਰ ਰਹਾ ਕਿ ਜਿਸ ਸਮੇਂ ਇੱਕ ਬਾਬਾ RAMDEV ਦੀ ਦਵਾਈ ਆਈ ਸੀ ਉਦੋਂ ਕੌਂਟਰੋਵਰਸੀ ਖੜੀ ਹੋ ਗਈ ਸੀਗੀ ਕਿ ਬਿਨਾਂ ਰਿਸਰਚ ਤੋਂ ਆਯੁਰਵੈਦਿਕ ਦਵਾਈ ਨੂੰ ਲੈ ਕੇ ਇੱਕ ਕਲੇਮ ਕਰ ਦਿੱਤਾ ਗਿਆ ਹੁਣ ਜਦੋਂ ਆਯੁਰਵੈਦਿਕ ਪਰਵ ਮੰਨਾ ਰਹੇ ਤੇ ਫਿਰ ਇਹ ਲੋਕ ਇਹ ਇਹ ਜਿਹੜੀ ਡਬਲ ਮਾਈਂਡਡ ਹੋ ਜਾਂਦੇ ਕਈ ਵਾਰੀ ਉਹਨੂੰ ਕਿਵੇਂ ਸਮਝਣ ਦੇਖਿੇ ਮੇਰੀ ਰਾਏ ਦੇ ਵਿੱਚ ਇੱਕ ਪਹਿਲੀ ਗਲਤੀ ਹੈ ਵੀ ਕੋਈ ਕਲੇਮ ਨਹੀਂ ਕਰਨਾ ਚਾਹੀਦਾ ਹੂੰ ਦੂਸਰਾ ਇਹ ਹੈ ਕਿ ਸਾਨੂੰ ਜਿਆ ਵੈਕਸੀਨ ਆ ਗਈ ਹੈ ਤਾਂ ਵੈਕਸੀਨ ਜ਼ਰੂਰ ਲਗਵਾਨੀ ਚਾਹੀਦੀ ਹੈ ਲੇਕਿਨ ਸਾਥ-ਸਾਥ ਸਾਡੀ ਆਪਣੀ ਜਿਹੜੀ ਆਯੁਰਵੈਦਿਕ ਆਯੂਸ਼ ਪ੍ਰੋਟੋਕੋਲ ਹੈ ਜਿਹਨੂੰ ਕਿ ਨੈਸ਼ਨਲ ਪ੍ਰੋਟੋਕੋਲ ਹੁਣ ਗਵਰਨਮੈਂਟ ਆਫ ਇੰਡੀਆ ਨੇ ਮਾਤਾ ਮਿਨਿਸਟਰੀ ਆਫ ਹੈਲਥ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਨੈਸ਼ਨਲ ਪ੍ਰੋਟੋਕੋਲ ਦੇ ਵਿੱਚ ਸ਼ਾਮਿਲਿਤ ਕਰ ਲਿਆ ਆ ਅੱਜ ਸਾਰੇ ਦੇਸ਼ ਦੇ ਵਿੱਚ ਔਰ ਦੁਨੀਆ ਦੇ ਅਨੇਕ ਦੇਸ਼ਾਂ ਦੇ ਵਿੱਚ ਇਸ ਪ੍ਰੋਟੋਕੋਲ ਨੂੰ ਲੋਕ ਫੋਲੋ ਕਰ ਰਹੇ ਆ ਔਰ ਲੋਕ ਔਸ਼ਧੀਆਂ ਵੀ ਲੈ ਰਹੇ ਔਰ ਵੈਕਸੀਨ ਵੀ ਲੈ ਰਹੇ ਔਰ ਉਹਦਾ ਬਹੁਤ ਫਾਇਦਾ ਹੋ ਰਿਹਾ ਵੈਕਸੀਨ ਲੈਂਡ ਦੇ ਬਾਅਦ ਵੀ ਕਈ ਦਫਾ ਕੇਸਿਸ ਹੋ ਸਕਦੇ ਆ ਲੇਕਿਨ ਇਸ ਕਰਕੇ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੋਗੀ ਫਿਰ ਤੁਹਾਨੂੰ ਚਾਂਸਸ ਹੋਗੇ ਚਾਂਸਸ ਹੋਗੇ ਕਿ ਤੁਹਾਨੂੰ ਇਹ ਕੋਵਿਡ ਨਾ ਹੋਵੇ ਔਰ ਤੁਹਾਡੀ ਸ਼ਰੀਰ ਦੀ ਇਮਿਊਨਿਟੀ ਬਣੂਗੀ ਪਰ ਇਹਦੇ ਨਾਲ ਵੈਸਾ ਵੀ ਇੱਕ ਹੋਰ ਚੀਜ਼ ਹੈਗੀ ਹੈ ਲੋਕ ਆਮ ਲੋਕ ਜਿਹੜੇ ਜਾਣਕਾਰੀ ਲੈਣਾ ਚਾਹੁੰਦੇ ਜਿਹੜੇ ਜਲੰਧਰ ਨਹੀਂ ਪਹੁੰਚ ਸਕਦੇ ਹਨ ਜੋ ਪੰਜਾਬ ਦੇ ਬਹੁਤ ਦੂਰਲੇ ਹਿੱਸੇ ਕਿਤੇ ਬਾਰਡਰ ਜ਼ਿਲ੍ਹੇ ਦੇ ਵਿੱਚ ਬੈਠਾ ਹੋਇਆ ਜਿਹੜਾ ਇੱਥੇ ਨਹੀਂ ਲੈ ਸਕਦਾ ਉਹ ਕਿਵੇਂ ਸੰਪਰਕ ਕਰ ਸਕਦਾ ਜਾਂ ਕਿਵੇਂ ਉਹ ਉਹ ਇਸ ਆਯੁਰਵੇਦ ਦੇ ਬਾਰੇ ਹੋਰ ਜਾਣਕਾਰੀ ਲੈ ਸਕਦਾ ਹੈਗਾ ਇਸ ਆਯੁਰਵੈਦਿਕ ਪਰਵ ਦਾ ਹਿੱਸਾ ਹੋ ਸਕਦਾ ਦੂਰ ਬੈਠ ਕੇ ਵੀ ਮੇਰੀ ਰਾਏ ਦੇ ਵਿੱਚ ਜਿਹੜਾ ਇੱਥੇ ਆਯੁਰਵੈਦ ਪਰਵ ਦੇ ਵਿੱਚ ਜਰੂਰ ਆਪਣਾ ਇੰਟਰਨੈਟ ਤੋਂ ਜਿਹੜੀ ਇਹਨਾਂ ਦੀ ਈਮੇਲ ਵਗੈਰਾ ਹੋਗੀ ਉਹ ਤੇ ਦੋਗੇ ਹੂੰ ਔਰ ਜਿਹੜੀ ਸਾਡੀ ਯੂਨੀਵਰਸਿਟੀ ਹੈ ਆਯੁਰਵੇਦ ਦੀ ਯੂਨੀਵਰਸਿਟੀ ਹਾਰਵਰਡ ਬਚਾ ਰਵਿਦਾਸ ਯੂਨੀਵਰਸਿਟੀ ਆਯੁਰਵੈਦਿਕ ਸਟੇਟ ਗਵਰਨਮੈਂਟ ਦੀ ਹੈ ਔਰ ਇਹ ਮਾਧਿਅਮ ਤੋਂ ਵੀ ਸਾਡੀ ਲੈ ਸਕਦੇ ਆ ਉਸ ਤੋਂ ਔਸ਼ਧੀਆਂ ਵੀ ਲੈ ਸਕਦੇ ਆ ਫਿਰ ਸਟੇਟ ਦੇ ਅੰਦਰ 550 ਆਯੁਰਵੇਦ ਦੀ ਡਿਸਪੈਂਸਰੀਆਂ ਆ ਪੰਜਾਬ ਦੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਿਹੜੀ ਪੰਜਾਬ ਗਵਰਨਮੈਂਟ ਦੀਆਂ ਆ ਉਹਦੇ ਮਾਧਿਅਮ ਤੋਂ ਵੀ ਤੁਸੀਂ ਉੱਥੇ ਦੇ ਜਿਹੜੇ ਵੈਦ ਹੈਗੇ ਉਹਨਾਂ ਕੋਲ ਸਲਾਹ ਲੈ ਕੇ ਇਹ ਔਸ਼ਧੀਆਂ ਵੀ ਲੈ ਸਕਦੇ ਆ ਤੁਸੀਂ ਜਿਹੜਾ ਵੀ ਤੁਹਾਨੂੰ ਸਿੰਪਟਮ ਹੋਵੇ ਉਹਦੇ ਪ੍ਰਭਾਵਿਕ ਚਿਕਤਸਾ ਵੀ ਕਰ ਸਕਦੇ ਆ ਆਯੂਸ਼ ਕਾੜਾ ਵੀ ਲੈ ਸਕਦੇ ਆ ਔਰ ਇਹ ਤੁਹਾਨੂੰ ਮਾਰਕੀਟ ਦੇ ਵਿੱਚ ਵੀ ਅਵੇਲੇਬਲ ਹੈ ਇਹ ਤੁਸੀਂ ਆਇਸ਼ ਕੜਾ ਹੈ ਚਾਵਲ ਪ੍ਰਾਸ਼ ਹੈ ਮੁਲਠੀ ਹੈ ਥੋੜੇ ਘਰ 'ਚ ਵੀ ਹੁੰਦੀ ਹੈ ਕਾਲੀ ਮਿਰਚ ਹੈ ਮੁਲਠੀ ਹੈ ਤુલਸੀ ਹੈ ਇਹਦਾ ਉਪਯੋਗ ਤੁਸੀਂ ਘਰ ਦੇ ਵਿੱਚ ਗिलोय ਹੈ ਗिलोय ਬਹੁਤ ਅੱਛੀ ਚੀਜ਼ ਹੈ ਉਹ ਵੀ ਇਸਤੇਮਾਲ ਕਰ ਸਕਦੇ ਹੋ ਇਹ ਤੁਸੀਂ ਘਰ ਘਰ ਦੇ ਵਿੱਚ ਇਹਨੂੰ ਇਸਤੇਮਾਲ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਕਿ ਜਿਹੜਾ ਕੋਵਿਡ ਨੂੰ ਲੈ ਕੇ ਹਨਾ ਇੱਕ ਡਰ ਹੈ ਔਰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਸਰੀਆਂ ਸ਼ਾਮਿਲ ਨੇ ਕਿਹਾ ਜਾਂਦਾ ਕਿ ਜਿੰਨੂੰ ਕੋਈ ਹਾਰਟ ਦੀ ਬਿਮਾਰੀ ਹੈ ਹਾਈ ਬੀਪੀ ਹੈ 슈ਗਰ ਹੈ ਉਹਦੇ ਲਈ ਕੋਵਿਡ ਪਹਿਲਾ ਨਾਲੋਂ ਆਮ ਸਧਾਰਨ ਨਾਲੋਂ ਜ਼ਿਆਦਾ ਖਤਰਨਾਕ ਹੈਗਾ ਤੁਹਾਨੂੰ ਲੱਗਦਾ ਕਿ ਜਦੋਂ ਇੱਕ ਪਾਸੇ ਇੰਨਾ ਪੈਨਿਕ ਦਾ ਪਿੱਲਰ ਖੜਾ ਹੈ ਔਰ ਉਸ ਸਮੇਂ ਲੋਕ ਆਯੁਰਵੈਦਿਕ ਵੱਲ ਮੂਵ ਕਰ ਰਹੇ ਆ ਜਾਂ ਆਯੁਰਵੈਦਿਕ ਤੋਂ ਪਿੱਛੇ ਹਟ ਰਹੇ ਆ ਦੇਖਿਓ ਆਯੁਰਵੇਦ ਦਾ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਅਸੀਂ ਸ਼ਾਇਦ ਸੁਪਰ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਜਾਵਾਂਗੇ ਭੱਜ ਕੇ ਸ਼ਾਇਦ ਉੱਥੇ ਬਿਹਤਰ ਇਲਾਜ ਹੋ ਸਕਦਾ ਇਸ ਸਭ ਦੇ ਵਿੱਚ ਆਯੁਰਵੈਦਿਕ ਦਾ ਆਯੁਰਵੈਦਿਕ ਉਪਚਾਰ ਦਾ ਗ੍ਰਾਫ ਵੱਧ ਰਿਹਾ ਜਾਂ ਘਟ ਰਿਹਾ ਇਹ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਦੱਸੋ ਔਰ ਗਲੋਬਲ ਫੀਨੋਮੈਨਾ ਕੀ ਹੈਗਾ ਤੁਸੀਂ ਵਿਸ਼ਵ ਭਰ ਤੇ ਨਜ਼ਰ ਰੱਖਦੇ ਹੋ ਦੇਖੇ ਦਿੱਲੀ ਦੇ ਵਿੱਚ ਜਾਂ ਹੋਰ ਇੰਡੀਆ ਦੇ ਵਿੱਚ ਵੀ ਸਾਡੇ ਕੁਝ ਆਯੁਰਵੇਦ ਦੇ ਹਸਪਟਲ ਜਿੱਦਾਂ 올 ਇੰਡੀਆ ਸ਼ੂਟ ਆਫ ਆਯੁਰਵੇਦ ਗਵਰਨਮੈਂਟ ਆਫ ਇੰਡੀਆ ਦਾ ਹਸਪਟਲ ਐ ਦਿੱਲੀ ਸਟੇਟ ਲੈਕ ਹਸਪਟਲ ਐ ਦਿੱਲੀ ਗਵਰਨਮੈਂਟ ਦਾ ਦੋਨਾਂ ਨੂੰ ਅਸੀਂ 100% ਕੋਵਿਡ ਹਸਪਟਲ ਬਣਾਇਆ ਔਰ ਉਹਦੇ ਵਿੱਚ ਜਿਹੜੇ ਡੇਟਾ ਆਇਆ ਹੈ ਕਿ ਜਿੰਨੇ ਵੀ ਮਰੀਜ਼ ਉੱਥੇ ਹਜ਼ਾਰ ਤੋਂ ਜ਼ਿਆਦਾ ਉਹ ਸਾਰੇ ਦੇ ਸਾਰੇ ਮਰੀਜ਼ 3 ਦਿਨ ਤੋਂ ਲੈ ਕੇ 7 ਦਿਨ ਦੇ ਵਿੱਚ ਕੋਵਿਡ ਫ੍ਰੀ ਹੋਏ ਉਹਨਾਂ ਚ ਇੱਕ ਵੀ ਮਰੀਜ਼ ਦੀ ਡੈਥ ਨਹੀਂ ਹੋਈ ਉੱਥੇ 450 ਕਰਮਚਾਰੀ ਜਿਹੜੇ ਹਸਪਤਾਲ 'ਚ ਕੰਮ ਕਰ ਰਹੇ ਸੀ ਉਹਨਾਂ ਨੂੰ ਕਿਸੇ ਨੂੰ ਕੋਵਿਡ ਨਹੀਂ ਹੋਇਆ ਐਦਾਂ ਹੀ ਜਿਹੜਾ ਦੂਸਰਾ ਹਸਪਤਾਲ ਦਿੱਲੀ ਗਵਰਨਮੈਂਟ ਦਾ ਉਹਦੇ ਵਿੱਚ 2000 ਲੋਕਾਂ ਨੂੰ ਕੋਵਿਡ ਦਾ ਟ੍ਰੀਟਮੈਂਟ ਕੀਤਾ ਤੇ ਇੱਕ ਵੀ ਡੈਥ ਨਹੀਂ ਹੋਈ ਇਸ ਕਰਕੇ ਡੈਥ ਰੇਟ ਜ਼ੀਰੋ ਰਿਹਾ ਜੀਰੋ ਰਿਹਾ ਔਰ ਕੋਈ ਸਭ ਕਿਸੇ ਨੂੰ ਲੋਕਾਂ ਨੂੰ ਕੋਈ ਕੰਪਲਿਕੀਸ਼ਨ ਨਹੀਂ ਆਈ ਤਾਂ ਇਹ ਇੱਕ ਰਿਸਰਚ ਦੇ ਪੁਆਇੰਟ ਆਫ 뷰 ਨੂੰ ਵੀ ਮੈਂ ਕਹਿ ਰਹੇ ਹਾਂ ਔਰ ਪੂਰੀ ਦੁਨੀਆ ਦੇ ਵਿੱਚ ਵੀ ਲੋਕਾਂ ਨੇ ਇਹਦਾ ਕੋਵਿਡ ਦਾ ਆਪਣਾ ਫਾਲੋ ਕੀਤਾ ਐ ਸਾਡੇ ਆਯੂਸ਼ ਪ੍ਰੋਟੋਕਾਲ ਨੂੰ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਔਰ ਗਵਰਨਮੈਂਟ ਆਫ ਇੰਡੀਆ ਨੇ ਇੱਕ ਹੁਣੀ ਰਿਸਰਚ ਦੇ ਐਂਗਲ ਦੇ ਨਾਲ ਹਾਰਵਰਡ ਯੂਨੀਵਰਸਿਟੀ ਦੇ ਨਾਲ ਔਰ ਬ੍ਰਾਜ਼ੀਲ ਦੇ ਨਾਲ ਔਰ ਮਿਨਿਸਟਰੀ ਆਫ ਆਯੂਸ਼ ਨੇ ਮਿਲ ਕੇ ਇੱਕ ਰਿਸਰਚ ਦੇ ਪਾਇੰਟ ਨੂੰ ਵੀ ਦੇਖ ਰਿਹਾ ਜਿਹੜੀ WHO ਹੈ WHO ਜਿਨੀਵਾ ਦੇ ਵਿੱਚ ਉਹ ਵੀ ਦੇਖ ਰਿਹਾ ਕਿ ਕਿਸ ਪ੍ਰਕਾਰ ਇਹ ਆਯੂਸ਼ ਪ੍ਰੋਟੋਕਾਲ ਨਾਲ ਲੋਕਾਂ ਨੂੰ ਫਾਇਦਾ ਹੋਇਆ ਦਿੱਲੀ ਦੇ ਅੰਦਰ ਦਿੱਲੀ ਪੁਲਿਸ ਦੇ 80 ਹਜ਼ਾਰ ਲੋਕਾਂ ਨੂੰ ਇਹ ਆਯੂਸ਼ ਪ੍ਰੋਟੋਕਾਲ ਦਿੱਤਾ ਗਿਆ। ਹੂੰ। ਔਰ ਰਿਪੀਟ ਕੀਤਾ ਉਹਨਾਂ ਨੂੰ 2-3 ਮਹੀਨੇ ਲਗਾਤਾਰ ਦਿੱਤਾ ਔਰ ਉਹਦਾ ਫਾਇਦਾ ਇਹ ਹੋਇਆ ਕਿ ਜਿੰਨਾ ਪੁਲਿਸ ਵਾਲੇ ਨੂੰ ਬੰਬੇ ਆਪਕੀ ਸਟੇਟਸ ਹੋ ਰਿਆ ਸੀ ਉਹਦੇ ਕੰਪਰੇਸਨ ਨਾਲ 1/4 ਤੋਂ ਵੀ ਘੱਟ ਹੋਇਆ। ਦਿੱਲੀ ਦੇ ਵਿੱਚ ਦਿੱਲੀ 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 ਪੁਲਿਸ 80 ਹਜ਼ਾਰ ਲੋਕਾਂ ਨੂੰ ਦਿੱਤਾ ਔਰ ਇਹ ਵੀ ਇੱਥੇ ਵੀ ਸਟੱਡੀ ਚੱਲ ਰਹੀ ਹੈ ਵੀ ਉਹਨਾਂ ਨੂੰ ਇਹ ਜਿਹੜਾ ਕੋਵਿਡਾ ਕਿਉਂ ਘੱਟ ਹੋਇਆ ਕਿਉਂ ਉੱਥੇ ਲੋਕ ਘੱਟ ਤੇ ਮੌਤ ਹੋਈ। ਉਹਦਾ ਮੇਨ ਕਾਰਨ ਇਹ ਸੀ ਕਿ ਆਯੂਸ਼ ਪ੍ਰੋਟੋਕਾਲ। ਹੂੰ। ਇਹ ਇਸ ਤੇ ਰਿਸਰਚ ਕੀਤੀ ਜਾ ਰਹੀ ਹੈ। ਇੱਥੇ ਹੁਣ ਦੇਖ ਰਹੇ ਕਿ ਇਹ ਤਾਂ ਐਵੀਡੈਂਸ ਆ ਗਿਆ ਐਵੀਡੈਂਸ ਜਨਰੇਟ ਹੋ ਗਿਆ ਹੁਣ ਇਹ ਤੇ ਰਿਸਰਚ ਦੇਖ ਰਹੇ ਵੀ ਇਹਦਾ ਕਿੰਨਾ ਫਰਕ ਪਿਆ ਇਹ WHO ਵੀ ਦੇਖ ਰਹਾ ਹੈ ਜਾਂ ਔਰ ਇਹ ਸਾਡੇ ਹਾਰਵਰਡ ਯੂਨੀਵਰਸਿਟੀ ਅਮਰੀਕਾ ਔਰ ਬ੍ਰਾਜ਼ੀਲ ਔਰ ਇੰਡੀਆ ਮਿਲ ਕੇ ਵੀ ਕਰ ਰਹੇ ਇੱਕ ਕੰਪੈਰੀਟਿਵ ਸਟੱਡੀ ਵੀ ਹੋ ਰਹੀ ਹੈ ਕਿਤੇ ਕਿ ਜਿਨ੍ਹਾਂ ਨੇ ਐਲੋਪੈਥਿਕ ਇਲਾਜ ਕਰਵਾਇਆ ਚਾਹੇ ਸੁਪਰ ਸਪੈਸ਼ੈਲਿਟੀ ਹਸਪੀਟਲਸ ਦੇ ਵਿੱਚ ਕਰਾਇਆ ਉੱਥੇ ਲੋਕਾਂ ਦਾ ਜਿਹੜਾ ਰੇਟ ਆਫ ਕਿਉਰ ਹੈ ਹੈਨਾ ਕਿਉਰਨੈਸ ਦਾ ਰੇਟ ਤੇ ਜਿਹੜੀ ਮੌਤਾਂ ਹੋਈਆਂ ਉਹਦਾ ਰੇਟ ਕੀ ਰਿਹਾ ਔਰ ਆਯੁਰਵੈਦਿਕ ਜਿਨ੍ਹਾਂ ਨੇ ਇਲਾਜ ਕੀਤਾ ਉਹਦਾ ਕੀ ਹੋਇਆ ਇੱਕ ਇੱਕ ਦੇ ਕੰਪੈਰੀਟਿਵ ਸਟੱਡੀ ਹੋ ਰਹੀ ਹੈ ਦੇਖਿਏ ਮੈਂ ਪਹਿਲੇ ਤੇ ਕਹਾਂਗਾ ਕਿ ਸਾਡਾ ਆਪਸ ਕਿਸੇ ਵੀ ਪੈਥੀ ਦਾ ਕੋਈ ਵਿਰੋਧ ਨਹੀਂ ਹੈ ਹਮ ਜਦ ਵੀ ਕਦੇ ਕੋਈ ਅਮਰਜੈਂਸੀ ਹੋਵੇ ਤਾਂ ਹਰ ਆਦਮੀ ਨੂੰ ਉਸਦੀ ਹੈਲਪ ਲੈਣੀ ਚਾਹੀਦੀ ਹੈ ਸਾਡਾ ਨਾ ਐਲੋਪੈਥੀ ਨਾਲ ਵਿਰੋਧ ਹੈ ਨਾ ਕਿਸੇ ਵੀ ਪੈਥੀ ਦੇ ਨਾਲ ਹਮ ਲੇਕਿਨ ਜੋ ਜਿੰਨਾ ਵੀ ਲਾਈਫ ਸਟਾਈਲ ਦੀਆਂ ਬਿਮਾਰੀਆਂ ਹੁੰਦੀਆਂ ਆ ਉਹਦੇ ਵਿੱਚ ਆਯੁਰਵੈਦ ਦੀ ਚਿਕਿਤਸਾ ਛੋੜੇ ਸਾਈਡ ਇਫੈਕਟਸ ਨਹੀਂ ਦੇ ਬਰਾਬਰ ਹੈ ਹਮ ਕੋਵਿਡ ਦੇ ਸੰਦਰਭ ਦੇ ਵਿੱਚ ਕੋਈ ਅਮਰਜੈਂਸੀ ਹੈ ਮੰਨ ਲਓ ਕੋਈ ਸਾਹ ਦੇ ਲਈ ਉਹਨੂੰ ਆ ਉਹਨੂੰ ਕੋ ਬਹੁਤ ਸੀਰੀਅਸ ਹੋ ਗਿਆ ਵੈਂਟੀਲੇਟਰ ਤਾਂ ਉਹ ਵੀ ਲੈਣਾ ਚਾਹੀਦਾ ਆ ਲੇਕਿਨ ਜਿੱਥੇ ਉਹਨੂੰ ਜ਼ਰੂਰத் ਹੈਗੀ ਆ ਕਿ ਕ੍ਰੋਨਿਕ ਬਿਮਾਰੀ ਹੈ ਲੰਗਸ ਇਫੈਕਟਡ ਹੋ ਰਹਾ ਹੈ ਇਹ ਹੋ ਰਿਹਾ ਉਹ ਤੇ ਹਾਈਲ ਵਿੱਚ ਅੱਛੀ ਦਵਾਈਆਂ ਅੱਛੀ ਚਿਕਸਾ ਆ ਉਹ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੂੰ ਦੂਸਰੀ ਗੱਲ ਇੱਕ ਹੋਰ ਚੀਜ਼ ਜਲੰਧਰ ਦੇ ਵਿੱਚ ਵੀ ਇੱਕ ਆਯੁਰਵੈਦਿਕ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਆ ਅੱਜ ਹੀ ਉਦਘਾਟਨ ਹੋਇਆ ਉਸ ਚੀਜ਼ ਦਾ ਉਹਨੂੰ ਲੈ ਕੇ ਡਿਸਪੈਂਸਰੀਆਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਲੋਕ ਨਹੀਂ ਦੇਖਦੇ ਜਾਂਦੇ ਸ਼ਾਇਦ ਉਹ ਅ ਅਵੇਅਰਨੈਸ ਦੀ ਘਾਟ ਹੈ ਜਾਂ ਲੋਕ ਇਹਨਾਂ ਵਿਸ਼ਵਾਸ ਨਹੀਂ ਕਰਦੇ ਹਨਾ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਦਿੱਲੀ ਦੇ ਵਿੱਚ ਪੁਲਿਸ ਵਾਲਿਆਂ ਨੂੰ 80 ਹਜ਼ਾਰ ਪੁਲਿਸ ਵਾਲਿਆਂ ਨੂੰ ਦਵਾਈ ਦਿੱਤੀ ਗਈ ਆਯੁਰਵੈਦਿਕ ਕੀ ਆ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਪ੍ਰਪੋਜ਼ਲ ਤੁਸੀਂ ਸਟੇਟ ਗਵਰਨਮੈਂਟ ਨੂੰ ਦਿੱਤੀ ਹੈ ਕਿ ਦੁਬਾਰਾ ਫੈਲ ਰਿਹਾ ਸਟੇਟ ਗਵਰਨਮੈਂਟ ਨੇ ਦੁਬਾਰਾ ਨਾਈਟ ਕਰਫਿਊ ਲਾ ਦਿੱਤੇ ਤੇ ਪੰਜਾਬ ਦੇ ਵਿੱਚ ਵੀ ਐਕਸਪੈਰੀਮੈਂਟ ਕੀਤਾ ਜਾਣਾ ਚਾਹੀਦਾ ਹੈ ਘਟੋ ਘਟ ਸਿਕਿਉਰਿਟੀ ਫੋਰਸਿਸ ਦੀ ਦਿੱਤੀ ਜਾਵੇ ਅੱਜ ਡਿਸਪੈਂਸਰੀ ਦੀ ਗੱਲ ਕੀਤੀ ਔਰ ਉਦਘਾਟਨ ਮੈਂ ਦੋ ਸਵਾਲ ਕੀਤੇ ਹਾਂ ਗ੍ਰਾਮ بڑے ਪਿੰਡ ਦੇ ਵਿੱਚ ਅੱਜ ਉਦਘਾਟਨ ਹੋਇਆ ਜਿਹੜੇ ਕਿ ਪੰਜਾਬ ਸਟੇਟ ਨੇ ਆਯੁਰਵੈਦਿਕ ਡਿਸਪੈਂਸਰੀ ਬਣਾਈ ਆ ਜਿਹਦਾ ਉਦਘਾਟਨ ਆਰ ਸੁਨੀਲ ਜਾਖੜ ਜੀ ਨੇ ਕੀਤਾ ਔਰ ਬਾਕੀ ਹੈਲਥ ਮਿਨਿਸਟਰ ਨੇ ਹੋਣਾ ਸੀ ਕਿਉਂਕਿ ਉਹ ਅੱਜ ਮੀਟਿੰਗ ਚੀਫ ਮਿਨਿਸਟਰ ਜੀ ਨੇ ਬੁਲਾ ਲਈ ਸੀ ਉਹ ਨਹੀਂ ਆ पाए ਲੇਕਿਨ ਉਹਦੇ ਵਿੱਚ ਲੋਕਾਂ ਨੂੰ ਉੱਥੇ ਬਹੁਤ ਫਾਇਦਾ ਹੋ ਰਿਹਾ ਕੋਵਿਡ ਦਾ ਵੀ ਉੱਥੇ ਇਲਾਜ ਕਰ ਰਹੇ ਆ ਜਨਰਲ ਡਿਸਪੈਂਸਰੀ ਵੀ ਹੈ ਉਹ ਪਦਮ ਵਿਭੂਸ਼ਣਪਨ ਭੂਸ਼ਣ ਸਨਮਾਨਿਤ ਰਾਜਵਰ ਬ੍ਰਸ਼ਵੀ ਦੇ ਤ੍ਰਿਗਣਾ ਜੀ ਜਿਨ੍ਹਾਂ ਦਾ ਕਿ ਜਨਮ ਉਸ ਗ੍ਰਾਮ ਬੜੇਪਿੰਡਾ ਸੀ ਜਿਹੜਾ ਕਿ ਕਰਮ ਭੂਮੀ ਉੱਥੇ ਰਹੀ 10 ਸਾਲ ਉੱਥੇ ਉਹਨੇ ਚਿਕਤਸਾ ਕੀਤੀ ਫਰੀडम मूवमेंट ਚ ਲਾਇ 40-50 ਤਾਈ ਉਹਦੇ ਬਾਅਦ ਉਹ ਦਿੱਲੀ ਸ਼ਿਫਟ ਕੀਤੇ ਤੇ ਉਹਨਾਂ ਦੇ ਨਾਂ ਤੋਂ ਪੰਜਾਬ ਸਰਕਾਰ ਨੇ ਡਿਸਪੈਂਸਿ ਬਣਾਈ ਜਿਹੜੀ ਕਿ ਚੱਲ ਰਹੀ ਹੈ ਹੂੰ ਦੂਸਰਾ ਤੁਹਾਡਾ ਸਵਾਲ ਸੀ ਕਿ ਅਸੀਂ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਇਹਨੂੰ ਕਿੱਦਾਂ ਇੰਟਰਵੈਨ ਕਰੇ ਮੇਰੀ ਰਾਏ ਦੇ ਵਿੱਚ ਅੱਜ ਜਿਸੀ ਸੁਨਿਲ ਜਾਖੜ ਜੀ ਨੇ ਵੀ ਕਿਹਾ ਸਾਡੇ ਇੱਥੇ ਮਿਨਿਸਟਰ ਆਏ ਸੀ ਆਪਣੇ ਸੁਦਰਸ਼ਾ ਮਰੋੜਾ ਜੀ ਉਹਨਾਂ ਨੇ ਵੀ ਕਿਹਾ ਕਿ ਇੱਥੇ ਦੀ ਵੀ ਜਿਹੜੀ ਗਵਰਨਮੈਂਟ ਹੈਗੀ ਹੈ ਉਹਨਾਂ ਨੂੰ ਵੀ ਇੰਟਰਵਿਨ ਕਰਨਾ ਚਾਹੀਦਾ ਜਿੰਨੀ ਵੀ ਸਾਡੀ ਡਿਸਪੈਂਸਰੀਜ਼ ਹੈਗੀਆਂ ਆ ਪੰਜਾਬ ਗਵਰਨਮੈਂਟ ਦੀ ਆ ਉਹਦੇ ਵਿੱਚ ਇਹਨਾਂ ਨੂੰ ਇੱਥੇ ਸਭ ਜਗ੍ਹਾ ਆਯੁਰਵੇਦ ਦਾ ਇਲਾਜ ਜੜਨੀ ਚਾਹੀਦੀ ਹੈ ਆਯੂਸ਼ ਕੋਆ ਸਭ ਜਗ੍ਹਾ ਦੇਣਾ ਚਾਹੀਦਾ ਹੋਰ ਵੀ ਕੋਈ ਜ਼ਰੂਰਤ ਹੋਵੇ ਤਾਂ ਉਹਦੇ ਮੁਤਾਬਿਕ ਸਟੇਟ ਗਵਰਨਮੈਂਟ ਨੂੰ ਪੂਰੀ ਹੈਲਪ ਕਰਨੀ ਚਾਹੀਦੀ ਹੈ ਔਰ ਗਵਰਨਮੈਂਟ ਆਫ ਇੰਡੀਆ ਵੀ ਇਹਦੇ ਲਈ ਸਾਡਾ ਡਿਪਾਰਟਮੈਂਟ ਮਿਨਿਸਟਰੀ ਆਫ ਆਯੂਸ਼ ਇਹਨਾਂ ਨੂੰ ਟੈਕਨੀਕਲ ਨੋਹਾ ਵਰ ਦੇਣ ਦੀ ਤਿਆਰ ਰਹੀ ਹੈ ਹੂੰ ਤਿਆਰ ਰਹੀ ਹੈ ਇੱਕ ਹੋਰ ਚੀਜ਼ ਤੁਸੀਂ ਨਾੜੀ ਜਿਹੜੇ ਵਿਸ਼ੇਸ਼ਕ ਹੁੰਦੇ ਆ ਨਬਜ਼ ਦੇਖ ਕੇ ਅੱਜ ਕੱਲ ਇਹ ਵੀ ਬੜਾ ਆਊਟ ਆਫ ਕੰਟੈਕਸਟ ਹੋ ਗਈਆਂ ਚੀਜ਼ਾਂ ਲੋਕਾਂ ਨੂੰ ਜਿਆਦਾ ਜਾਣਕਾਰੀ ਨਹੀਂ ਹੁੰਦੀ ਇਹ ਵਾਲੀ ਪદ્ધਤੀ ਇੰਡੀਆ ਦੀ ਮੰਨੀ ਜਾਂਦੀ ਹੈ ਕਿ ਨਾ ਕਿ ਇਹ ਇੰਡੀਆ ਦੇ ਵਿੱਚ ਇਸ ਪੰਦਤੀ ਦਾ ਜਨਮ ਹੋਇਆ ਪਰ ਹੁਣ ਇਹ ਚੀਜ਼ਾਂ ਖਤਮ ਹੋ ਗਈਆਂ ਕਿ ਲੋਕੀ ਦੁਬਾਰਾ ਇਹਨਾਂ ਚੀਜ਼ਾਂ ਵੱਲ ਮੋਢਰੇ ਨਹੀਂ ਇੱਕ ਇਸ ਟੀਨ ਨੂੰ ਲੈ ਕੇ ਕੋਈ ਸਪੈਸਿਫਿਕ ਅਵੇਅਰਨੈਸ ਪ੍ਰੋਗਰਾਮ ਨਹੀਂ ਹੈਗੇ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਮੈਨੂੰ ਲੱਗਦਾ ਕਿ ਲੋਕਾਂ ਨੇ ਆਪਣੇ ਖਾਣ-ਪਾਨ ਦੇ ਵਿੱਚ ਆਪਣੀ ਡਾਈਟ ਡੇਲੀ ਰੁਟੀਨ ਦੇ ਵਿੱਚ ਤਬਦੀਲੀਆਂ ਤਾਂ ਕੀਤੀਆਂ ਨੇ ਹਨਾ ਆਯੁਰਵੇਦ ਵਾਲ ਲੋਕ ਥੋੜਾ-ਬਹੁਤ ਮੁੜੇ ਆ ਪਰ ਜਿਹੜੀਆਂ ਇਹ ਬੇਸਿਕਸ ਚੀਜ਼ਾਂ ਹੈਗੀਆਂ ਨੇ ਇੰਨਾ ਇੰਨਾ ਬੇਸਿਕਸ ਵੱਲ ਉਹਨਾਂ ਨਹੀਂ ਵਾਧ ਪਾਈ ਇਹ ਕੀ ਕਾਰਨ ਹੈਗਾ ਤੁਹਾਨੂੰ ਲੱਗਦਾ ਕਿ ਅਵੇਅਰਨੈਸ ਹੀ ਨਹੀਂ ਹੈਗੀ ਜਾਂ ਹੁਣ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈਗੇ ਦੇਖਿਓ ਦੋਨੋਂ ਗੱਲਾਂ ਕਹਿ ਸਕਦੇ ਹੂੰ ਸਰਕਾਰ ਦਾ ਗਵਰਨਮੈਂਟ ਦਾ ਜਿੰਨਾ ਧਿਆਨ ਦੇਣਾ ਚਾਹੀਦਾ ਉਹ ਨਾ ਦੇਂਦੀ ਚਾਹੇ ਗਵਰਨਮੈਂਟ ਆਫ ਇੰਡੀਆ ਹੋਵੇ ਜਾਂ ਸਟੇਟ ਗਵਰਨਮੈਂਟ ਹੋਵੇ ਲੇਕਿਨ ਪਿਛਲੇ ਕੁਝ ਸਾਲਾਂ ਅਜ ਬਹੁਤ ਧਿਆਨ ਹੋਇਆ ਮੈਂ ਤਾਂ ਕਹੂੰਗਾ 5-10 ਸਾਲ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਵੀ ਸਟੇਟ ਗਵਰਨਮੈਂਟ ਨੇ ਵੀ ਧਿਆਨ ਦਿੱਤਾ ਪਹਿਲਾਂ ਉਹ ਜਾਲਾ ਨਾੜੀ ਵਿਸ਼ੇਸ਼ਕ ਜੇ ਤੁਸੀਂ ਗੱਲ ਕੀਤੀ ਹੈ ਤਾਂ ਇਹ ਆਯੁਰਵੈਦਿਕ ਵਿਧੀ ਆ ਜਿਹਦੇ ਵਿੱਚ ਇੱਕ ਅਸੀਂ ਜਿਹੜੀ ਸੜੀ ਤਰਦੋਸ਼ ਪદ્ધਤੀ ਆ ਬਾਦਪਿਤ ਕਫ ਉਹ ਵੀ ਜਿਹੜਾ ਚਿਕਿਤਸਕ ਹੈ ਉਹ ਹੀ ਦੇਖਦਾ ਹੈ ਕਿ ਜਿਹੜਾ ਜਿਹੜਾ ਵਿਅਕਤੀ ਉਹ ਮਰੀਜ਼ ਉਹਦੇ ਕੋਲ ਆਇਆ ਹੈ तो कि दोष है नबज देख के बात है पिथ है कफ है और दोष के मुताबिक फिर आदमी प्रश्न पूछता है अष्टभि संस्कार ने परीक्षा करता है जीवा देखूगा प्रश्न पूछेगा बाकी चीज़ें पूछ सकते और फिर आदमी पूरा आदमी डायगनोस करता है और सिंपल और सरल है लेकिन ये बहुत ज्यादा आदमी नु एक तरह से करना चाहिए प्रैक्टिस होनी चाहिए और आदमी का मन की स्थिति भी ध्यान मैडीटेशन भी हो ਤਾਰ ਵੀ ਸੈਕਟਰ ਸਾਲੋ ਸਾਲ ਜਾਵਾ ਮੇ ਹਜ਼ਾਰਾਂ ਆਦਮੀ ਦੇਖ ਲੈਂਦਾ ਲੱਖੋ ਆਦਮੀ ਫਿਰ ਉਹਦਾ ਇੱਕ ਨਾੜੀ ਪ੍ਰੀਖਿਆ ਤੇ ਹੋ ਰ ਆ ਬਿਲਕੁਲ ਅਜਬਤ ਹੋ ਜਾਂਦਾ ਔਰ ਇਹ ਪਹਿਲਾਂ ਕੁਝ ਅਜ ਤੋਂ 10 15 20 ਸਾਲ ਪਹਿਲਾਂ ਜਿਹੜੇ ਸਾਡੇ ਵਿਦਿਆਰਥੀ ਸੀ ਉਹ ਆਯੁਰਵੇਦ ਦੀ ਚਿਕਿਤਸਾ ਕਰਦੇ ਸੀ ਲੇਕਿਨ ਪਿਛਲੇ 8-10 ਸਾਲ ਤੋਂ ਇਹ ਸਾਡੇ ਵਿਦਿਆਰਥੀ ਜਿਹੜੇ ਨਵੇਂ ਨਿਕਲੇ ਆ ਉਹ ਨਾੜੀ ਪ੍ਰੀਖਿਆ ਵੀ ਕਰ ਰਹੇ ਆ ਸਿੱਖੇ ਰਹੇ ਉਹਨਾਂ ਦਾ ਆਯੁਰਵੇਦ 'ਚ ਉਹਨਾਂ ਦਾ ਰੁਚੀ ਵੀ ਹੋਈ ਆ ਜਿਹੜਾ ਪਹਿਲਾਂ ਸਾਡੇ ਤੇ ਅਕਸ਼ੇਪ ਲੱਗਦਾ ਸੀ ਕਿ ਸਾਡੇ ਜਿਹੜੇ ਡਾਕਟਰ ਆਯੁਰਵੇਦ ਉਹ ਐਲੋਪੈਥਿਕ ਚਿਕਿਤਸਾ ਕਰਦੇ ਉਹ ਬਹੁਤ ਘਟਿਆ ਆ ਹੂੰ ਦਾ ਉਹਨਾਂ ਪ੍ਰਭਾਵ ਪਿਆ ਲੋਕਾਂ ਦਾ ਵੀ ਹੁਣ ਵਿਸ਼ਵਾਸ ਬਹੁਤ ਬੜਾ ਇਸ ਕੋਵਿਡ ਪੀਰੀਅਡ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਸਟੇਟ ਗਵਰਨਮੈਂਟ ਨੇ ਇਹਦੇ ਵਿੱਚ ਬਹੁਤ ਪ੍ਰਚਾਰ ਕੀਤਾ ਪੂਰੀ ਦੁਨੀਆ ਦੇ ਲੋਕ ਅੱਜ ਆਯੁਰਵੇਦ ਦੇ ਬਾਰੇ ਜਾਣਨਾ ਚਾਹੁੰਦੇ ਆ ਜਿੰਨੀ ਇੰਡਸਟਰੀ ਹੈ ਸਾਡੀ ਆਯੁਰਵੈਦ ਦੀ ਇੰਡਸਟਰੀ ਆ ਉਹਦਾ ਇਸ ਇੱਕ ਸਾਲ ਦੇ ਵਿੱਚ ਬਹੁਤ ਜ਼ਿਆਦਾ ਉਹਦਾ ਮੈਡੀਸਨ ਦੀ ਵੈਲਿਊ ਵਧੀ ਆ ਇੱਕ ਸਾਡੇ ਜਿਹੜਾ ਚੈਨਲ ਪ੍ਰੋਸਾ ਉਹਦਾ ਕਈ ਸੌ ਗੁਣਾ ਉਹਦਾ ਸੇਲ ਵਧੀ आयुर्वेद की बहुत जुड़ रहे हैं और दूसरा मैं कहूंगा कि जिद अशुगंधी है नयादराबाद छे सौ करोड़ रुपए साल एक्सपोर्ट करना कोविड पीरियड एक्सपोर्ट कई गुना बढ़ गया इस करके किसान भी फायदा होया किसान अगर मेडिसिन प्लांट्स लगाओगे स्टेट गवर्नमेंट सपोर्ट करोगी मेडिसिन प्लांट गवर्नमेंट ऑफ इंडिया टेक्निकल लोहा दोगी ਕਾ ਉਹਨਾਂ ਕਿਸਾਨਾਂ ਦੀ ਆਇ ਵੀ ਦੁੱਗਣੀ ਤੇ ਨਹੀਂ ਹੋਗੀ। ਹੋਰ ਸਾਨੂੰ ਅੱਛੀ ਦਵਾਈਆਂ ਵੀ ਬਿਲਕੁਲ ਸਸਤੀ ਮਿਲੂਗੀ। ਪਰ ਜਿਸ ਤਰ੍ਹਾਂ ਦੇ ਨਾਲ ਦੂਸਰੀ ਇੰਡਸਟਰੀ ਨੂੰ ਦੇਖ ਲਈਏ ਉਹਦੇ ਲਈ ਕਈ ਵਾਰੀ ਸਪੈਸ਼ਲ ਪੈਕੇजेस ਬੈਨੀਫਿਟਸ ਹੁੰਦੇ ਆ ਕਿ ਆਯੁਰਵੇਦ ਨਾਲ ਜੁੜੀ ਇੰਡਸਟਰੀ ਦੇ ਲਈ ਇਸ ਤਰ੍ਹਾਂ ਦੀ ਕੋਈ ਕੋਈ ਪ੍ਰੋਵੀਜ਼ਨ ਹੈਗੀ ਆ ਜਾਂ ਕੋਈ ਕੋਈ ਵਿਵਸਥਾ ਹੈਗੀ ਆ ਜਿਹੜੀ স্মਲਲ ਸਕੇਲ ਇੰਡਸਟਰੀ ਐਮਐਸਐਮ ਨੂੰ ਕਹਿੰਦੇ ਗਵਰਨਮੈਂਟ ਆਫ ਇੰਡੀਆ ਦੀ ਸਟੇਟ ਗਵਰਨਮੈਂਟਸ ਵੀ ਹੁੰਦੀਆਂ ਆ ਉਹਦੇ ਵਿੱਚ ਕੁਝ ਸਕੀਮਸ ਹੈਗੇ ਜਿਨ੍ਹਾਂ ਕਿ ਛੋਟੇ ਇੰਡਸਟਰੀ ਨੂੰ ਕਲਸਟਰ ਬਣਾ ਕੇ ਉਹਨਾਂ ਨੂੰ ਹੈਲਪ ਕਰਦੇ ਰਿਸਰਚ ਦੇ ਐਂਗਲ ਉਹਨਾਂ ਨੂੰ ਹੈਲਪ ਕਰਦੇ ਬੈਂਕ ਦੇ ਥਰੂ ਵੀ ਕਰਦੇ ਆ ਜਾਂ ਕੋਈ ਸਕੀਮ ਲੈਂਡਲੀ ਵੀ ਕਰਦੇ ਉਹ ਗਵਰਨਮੈਂਟ ਦੀ ਸਕੀਮ ਜੈ ਗਿਆ ਉਹ ਇੰਡਸਟਰੀ ਵਾਲੇ ਉਹਦੀ ਅਵੇਲ ਕਰਦੇ ਵੀ ਆ ਕਰਨੀ ਚਾਹੀਦੀ ਵੀ ਆ ਔਰ ਉਹਦੇ ਵਿੱਚ ਗਵਰਨਮੈਂਟ ਦੀ ਨਹੀਂ ਸਕੀਮਸ ਵੀ ਆ ਰਹੀਆਂ ਜਿਹੜਾ ਸਾਡੀ ਮਿਨਿਸਟਰੀ ਆਯੁਰਵੈਦ ਬਣੀ ਹੈ ਚ ਪਿਛਲੇ 4-5 5-6 ਸਾਲ ਤੋਂ ਉਹਦੇ ਨੇ ਵੀ ਇਦਾਂ ਬਹੁਤ ਕੋਆਰਡੀਨੇਟ ਕੀਤਾ ਸਟੇਟ ਗਵਰਨਮੈਂਟਸ ਨਾਲ ਔਰ ਲੋਕਾਂ ਨਾਲ ਵਿੱਚ ਫਾਇਦਾ ਵੀ ਹੋ ਰਿਹਾ ਬਹੁਤ ਦੂਸਰੀ ਚੀਜ਼ ਜਿਹੜੀ ਤੁਸੀਂ ਦੱਸਿਆ ਕਿ 5500 ਡਿਸਪੈਂਸਰੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ ਇਸ ਸਮੇਂ ਆਯੁਰਵੈਦ ਦੀਆਂ ਉੱਥੇ ਕਿਸ ਤਰ੍ਹਾਂ ਦਾ ਇਲਾਜ ਜਿਹੜਾ ਹੈਗਾ ਉਹ ਅਵੇਲੇਬਲ ਹੈਗਾ ਮੌਜੂਦਾ ਕਿਉਂਕਿ ਇਹ ਇਹ ਮੈਂ ਸਵਾਲ ਇਸ ਲਈ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਤੇ ਅਸੀਂ ਮੋٹے ਤੌਰ ਤੇ ਦੇਖਿਆ ਕਿ ਡਿਸਪੈਂਸਰੀਆਂ ਦੀ ਧਾਰਨਾ ਬੜੀ ਖਰਾਬ ਹੁੰਦੀ ਕਿ ਡਿਸਪੈਂਸਰੀ ਜਿਹਾ ਉਹ ਖਾਲੀ ਕਮਰਾ ਇੱਕ ਨਰਸ ਜਾਂ ਇੱਕ ਡਾਕਟਰ ਕਿਤੇ ਕੋਈ ਬੈਠਾ ਜਿਨੇ ਚਾਰ ਕੀ ਗੋਲੀਆਂ ਥੈਲੇ ਦੇ ਵਿੱਚ ਰੱਖੀਆਂ ਹੁੰਦੀਆਂ ਹਰ ਬਿਮਾਰੀ ਦੀ ਉਹ ਚਾਰ ਗੋਲੀਆਂ ਹੁੰਦੀਆਂ ਪਰ ਜਿਹੜੀਆਂ ਢੋਡੀਆਂ ਆਯੁਰਵੈਦਿਕ ਡਿਸਪੈਂਸਰੀਜ਼ ਹੈਗੀਆਂ ਨੇ ਇਹਨਾਂ ਦੀ ਵਿਵਸਥਾ ਇੱਥੇ ਅਰੇਂਜਮੈਂਟ ਕੀ ਹੈਗਾ ਕਿਸ ਤਰ੍ਹਾਂ ਦਾ ਹੈਗਾ ਜਾਂ ਕਿਸ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਦੇ ਲਈ ਲੋਕ ਇੱਥੇ ਜਾ ਸਕਦੇ ਦੇਖੇ ਜਿੰਨੇ ਡਿਸਪੈਂਸਰੀਆਂ ਇਹ ਹੈ ਕੁਝ ਸਾਡੇ ਹਸਪੀਟਲਸ ਵੀ ਹੈਗੇ ਆਯੁਰਵੇਦ ਦੇ ਇੱਥੇ ਪੰਜਾਬ ਦੇ ਵਿੱਚ ਹਮ ਰਾਮ ਗੁਰੂ ਰਵਿਦਾਸ ਯੂਨੀਵਰਸਿਟੀ ਵੀ ਹੈ ਇੱਥੇ ਆਪਣੀ ਕਿਹਨਾਂ ਆਪਣਾ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਾਰਪੁਰ ਦੇ ਵਿੱਚ ਸਟੇਟ ਐਵੈਰੀਕੋਲਿਜ ਵੀ ਹੈ ਪਟਿਆਲਾ ਦੇ ਵਿੱਚ ਜਿਹੜਾ ਸਟੇਟ ਗਵਰਨਮੈਂਟ ਦਾ ਹੈ ਤਾਂ ਲੇਕਿਨ ਜਿੰਨੀ ਡਿਸਪੈਂਸਲੀਆਂ ਜਿੰਨੀ ਡਿਸਪੈਂਸਰੀਆਂ ਦੇ ਵਿੱਚ ਚਿਕਤਸਾ ਔਸ਼ਦੀਆਂ ਹੋਣੀ ਚਾਹੀਦੀਆਂ ਉਹਨੀਆਂ ਸ਼ਰਤ ਘੱਟ ਹੈ ਇਹ ਮੈਨੂੰ ਚਿਕਤਸਕ ਨੇ ਕਿਹਾ ਤਾਂ ਮੇਰਾ ਤਾਂ ਸਟੇਟ ਗਵਰਨਮੈਂਟ ਨੂੰ ਇਹ ਰਿਕਵੈਸਟ ਹੋਗੀ ਖਾਸ ਕਰਕੇ ਹੈਲਥ ਮਿਨਿਸਟਰੀ ਦੇ ਮਾਧਿਅਮ ਤੋਂ ਔਰ ਮੁੱਖ ਮੰਤਰੀ ਨੂੰ ਇਹ ਹੋਗੀ ਅਪੀਲ ਹੋਗੀ ਕਿ ਉਹਨਾਂ ਦੇ ਡਿਸਪੈਂਸਰੀਆਂ ਦਾ ਬਜਟ ਵਧਾਇਆ ਜਾਵੇ ਉੱਥੇ ਔਸ਼ਦੀਆਂ ਪੂਰੀ ਹੋ ਤਾਂ ਕਿ ਕਾਸਟ ਇਫੈਕਟਿਵ ਹੋਵੇ ਜਿਸ ਖਰਚਾ ਸਰਕਾਰ ਦਾ ਹੈਲਥਲੀ ਘਟ ਜਾਊਗਾ ਕਿਉਂਕਿ ਜਿਹੜਾ ਮਾਡਰਨ ਮੈਡੀਸਨ ਦਾ ਇੰਨੀ ਮਹਿੰਗੀ ਆ ਕਿ ਮੀਡਲ ਕਲਾਸ ਫੈਮਿਲੀ ਵੀ ਉਹਨੂੰ ਅਫੋਰਡ ਨਹੀਂ ਕਰ ਸਕਦੀ ਐਂਡ ਇਦਾਂ ਦੇ ਕੇਸ ਆਏ ਆ ਕਿ ਕੋਵਿਡ ਦੇ ਵਿੱਚ ਕਿ

ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਜਿਹੜੀ ਗੱਲ ਅਸੀਂ ਕਰ ਰਹੇ ਸੀਗੇ ਮੋٹے ਤੌਰ ਤੇ ਅ ਜਿਹੜੀਆਂ ਮੋٹے ਤੌਰ ਤੇ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਹੈਗੀਆਂ ਨੇ ਡਾਇਬੀਟਿਸ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਹਾਈਪਰ ਟੈਨਸ਼ਨ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਜਾਂ ਹਾਰਟ ਡਿਸੀਜ਼ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਇਹਦਾ ਮੁੱਖ ਕਾਰਨ ਜਿਹੜਾ ਮੰਨਿਆ ਜਾਂਦਾ ਉਹ ਜਿਹੜਾ ਲਿਵਿੰਗ ਸਟਾਈਲ ਹੈ ਲੋਕਾਂ ਦਾ ਉਹ ਬਦਲ ਗਿਆ ਹੈ ਨਾ ਇਹ ਇਹਨਾਂ ਚੀਜ਼ਾਂ ਦਾ ਆਯੁਰਵੇਦ ਦੇ ਵਿੱਚ ਕਿੰਨਾ ਕੁ ਸਟੀਕ ਇਲਾਜ ਹੈਗਾ ਤੁਸੀਂ ਮੰਨਦੇ ਹੋ ਕਿ ਲੋਕ ਮੁਲਾਦਾ ਕੀ ਜਲਦੀ ਰੀਲੀਫ ਚਾਹੁੰਦੇ ਆ ਸਮਾਂ ਘੱਟ ਹੈਗਾ ਲੋਕਾਂ ਕੋ ਇਸ ਦੇ ਲਈ ਉਹਨਾਂ ਨੂੰ ਬੈਟਰ ਆਪਸ਼ਨ ਜਿਹੜੀ ਹੈ ਉਹ ਐਲੋਪੈਥਿਕ ਹੀ ਲੱਗਦੀ ਹੈ ਵੱਡੇ ਹਸਪੀਟਲ ਹੀ ਲੱਗਦੇ ਆ ਦੇਖਿਓ ਇਸ ਇਹ ਸਾਰੀ ਬਿਮਾਰੀਆਂ ਲਾਈਫਸਟਾਈਲ ਦੀਆਂ ਆ ਹੂੰ ਤੁਹਾਡਾ ਲਾਈਫਸਟਾਈਲ ਜਦੋਂ ਖਰਾਬ ਹੋ ਗਿਆ ਕਿ ਹਰ ਆਦਮੀ ਨੂੰ ਲਾਈਫ ਦੇ ਵਿੱਚ ਉਹ ਕੋਈ ਜਿਹੜਾ ਤੁਸੀਂ ਹੁਣ ਕਿਹਾ ਕਿ ਆਦਮੀ ਕੋ ਸਮਾਂ ਨਹੀਂ ਹੈ ਜਦ ਵਿਅਕਤੀ ਕੋ ਆਦਮੀ ਸਵਾਸਥੀ ਸਮਾਂ ਨਹੀਂ ਤਾਂ ਮੈਨੂੰ ਲੱਗ ਨਹੀਂ ਲੱਗਦਾ ਕਿ ਉਹ ਕਿੰਨਾ ਜਸਟੀਫਾਈ ਕਰ ਰਿਹਾ ਆਪਣੇ ਸ਼ਰੀਰ ਦੇ ਨਾਲ ਹਰ ਆਦਮੀ ਨੂੰ ਜਦ ਆਪਣੇ ਯੋਗ ਵੀ ਕਰੇ ਧਿਆਨ ਕਰੇ ਮੈਡੀਟੇਸ਼ਨ ਕਰੇ ਆਪਣੇ ਸ਼ਰੀਰ ਤੇ ਇੱਕ ਕੰਟਾ ਜਰੂਰ ਲਗਾਏ ਸੈਰ ਕਰੋ ਪ੍ਰਾਤਕ ਭਰ ਬਲਮ ਸਵੇਰ ਦੀ ਸੈਰ ਜਰੂਰ ਕਰਨੀ ਚਾਹੀਦੀ ਆ ਸਰਦੀਆਂ ਦੇ ਵਿੱਚ ਤੁੱਪ ਦਾ ਸੇਕਣਾ ਚਾਹੀਦਾ ਆ ਔਰ ਜੇ ਤੁਹਾਡਾ ਲਾਈਫ ਸਟਾਈਲ ਠੀਕ ਹੋਊਗਾ ਤਾਂ ਜਿੰਨੀ ਬਿਮਾਰੀਆਂ ਹੈ ਚਾਹ ਮధు ਡਾਇਬਟੀਜ਼ ਹੈ ਬਲੱਡ ਪ੍ਰੈਸ਼ਰ ਹੈ ਔਰ ਐਸੀ ਬਿਮਾਰੀਆਂ ਜਿੰਨੀਆਂ ਵੀ ਹੈ ਗਿਆ ਹੈ ਥਾਇਰੋਇਡ ਦੀ ਬਿਮਾਰੀ ਹੈ ਗਿਆ ਉਹ ਬਹੁਤ ਘਟ ਜਾਨੀ ਆ ਹਮ ਪੰਜਾਬ ਦੇ ਵਿੱਚ ਵੀ ਦੇਖਿਆ ਸਾਡੇ ਕੋਲ ਦਿੱਲੀ ਪੰਜਾਬ ਤੋਂ ਬਹੁਤ ਮਰੀਜ਼ ਆਉਂਦੇ ਆ ਵਿਸ਼ੇਸ਼ ਕਰਕੇ ਕਿਡਨੀ ਦੇ ਪੇਸ਼ੈਂਟਸ ਬਹੁਤ ਹੋ ਰਹੇ ਆ ਹਮ ਮੈਂ ਕੈਂਸਰ ਦੇ ਪੇਸ਼ੈਂਟਸ ਬਹੁਤ ਆ ਰਹੇ ਆ ਹਮ ਔਰ ਉਹਦਾ ਕਾਰਨ ਇਹ ਹੀ ਆ ਕਿ ਲਾਈਫ ਸਟਾਈਲ ਵੀ ਕਰਨੇ ਆ ਦੂਸਰਾ ਇੱਥੇ ਦੇ ਪਾਣੀ ਦੇ ਵਿੱਚ ਇਨਾ ਯੂਰੀਆ ਮਿਲ ਗਿਆ ਆ ਯੂਰੀਨੀਅਮ ਬਹੁਤ ਹੈ ਪਾਣੀ ਦੇ ਵਿੱਚ ਇੱਕ ਸਟੱਡੀ ਹੋਈ ਸੀ ਇਸ ਕਰਕੇ ਉਹ ਉਹਦੇ ਨਾਲ ਉਹਨਾਂ ਦੀ ਕਿਡਨੀ ਖਰਾਬ ਹੋ ਰਹੀ ਆ ਲੋਕ ਅਨੈਸੈਸਰੀ ਬਿਨਾਂ ਪੁੱਛੇ ਸੈਲ ਸੈਲ ਮੈਡੀਕੇਸ਼ਨ ਲੈਂਦੇ ਆ ਜਿੰਨੀਆਂ ਵੀ ਦਵਾਈਆਂ ਖਾਈ ਜਾਂਦੀਆਂ ਆ ਜਾਂ ਇਹ ਡਰੱਗਸ ਲੈ ਲੈਂਦੇ ਆ ਉਹਦੇ ਨਾਲ ਵੀ ਕਿਡਨੀਆਂ ਖਰਾਬ ਹੁੰਦੀਆਂ ਆ ਉਹਦੇ ਨਾਲ ਵੀ ਬਿਮਾਰੀਆਂ ਹੁੰਦੀਆਂ ਆ ਤਾਂ ਮੈਂ ਤਾਂ ਇਸ ਮਾਧਿਅਮ ਤੋਂ ਇੱਕ ਜ਼ਰੂਰ ਕਹੂੰਗਾ ਕਿ ਯੂਥ ਨੂੰ ਸਭ ਲੋਕਾਂ ਨੂੰ ਐਜੂਕੇਟ ਕਰਨਾ ਚਾਹੀਦਾ ਅਨੈਸੈਸਰੀ ਦਵਾਈਆਂ ਨਾ ਖਾਣ ਡਰੱਗਸ ਦੇ ਵਿੱਚ ਨਾ ਜਾਣ ਤਾਕੀ ਇਥੇ ਦਾ ਯੂਥ ਅੱਛਾ ਹੋਊਗਾ ਔਰ ਇਹ ਬਿਮਾਰੀਆਂ ਘਟ ਜਾਣਗੀਆਂ ਡਰੱਗਸ ਬੜਾ ਇੰਪੋਰਟੈਂਟ ਇਸ਼ੂ ਨੂੰ ਤੁਸੀਂ ਟੱਚ ਕੀਤਾ ਜਿਸ ਸਮੇਂ ਲਾਕਡਾਊਨ ਲੱਗਾ ਸੀ ਪੰਜਾਬ ਦੇ ਵਿੱਚ ਪਹਿਲਾਂ ਵੀ ਉਸ ਸਮੇਂ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਡਰੱਗਸ ਲੈ ਰਹੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਬੜਾ ਤਕੜਾ ਫਾਲ ਹੈ ਬੜਾ ਤਕੜਾ ਗਿਰਾਵਟ ਆਈ ਸੀ ਕਿਉਂਕਿ ਡਰੱਗਸ ਦੀ ਸਪਲਾਈ ਲਾਈਨ ਟੁੱਟ ਗਈ ਔਰ ਲੋਕਾਂ ਨੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਾ ਕੇ ਖੁਦ ਇਲਾਜ ਕਰਵਾਇਆ ਕਿ ਆਯੁਰਵੈਦਿਕ ਇਸ ਦਾ ਬਦਲ ਹੈਗਾ ਆਯੁਰਵੈਦਿਕ ਤੋੜੇ ਵਿਧੀ ਦੇ ਵਿੱਚ ਡਰੱਗਸ ਲੈਂਦੇ ਨੇ ਜਿਹੜੇ ਚਿੱਟਾ ਹੋਵੇ ਸਮੈਕ ਹੈਰੋਇਨ ਜਾਂ ਕੋਈ ਵੀ ਕੀ ਉਹਦਾ ਇਲਾਜ ਕਰ ਸਕਦੀ ਹੈ ਆਯੁਰਵੈਦਿਕ ذریعے ਸਾਡੇ ਗਵਰਨਮੈਂਟ ਆਫ ਇੰਡੀਆ ਨੇ ਅੱਜ ਹੀ ਇੱਥੇ ਦੇ ਐਡਵਾਈਜ਼ਰ ਆਏ ਥਾ ਉਹਨਾਂ ਨੇ ਇੱਥੇ ਦੇ ਡਾਇਰੈਕਟਰ ਨਾਲ ਗੱਲ ਕੀਤੀ ਹੈ ਰੀਹੈਬਿਲੀਟੇਸ਼ਨ ਸੈਂਟਰ ਹੀ ਕੰਮ ਅਸਲ ਸ਼ੁਰੂ ਕਰ ਰਹੇ ਹੈ ਡੀ ਐਡਿਕਸ਼ਨ ਪ੍ਰੋਗਰਾਮ ਉਹ ਗਵਰਨਮੈਂਟ ਆਫ ਇੰਡੀਆ ਤੇ ਮਦਦ ਨਾਲ ਪੰਜਾਬ ਗਵਰਨਮੈਂਟ ਮਿਲ ਕੇ ਕਰੂਗੀ ਇੱਕ ਜ਼ਿਲ੍ਹੇ ਦੇ ਵਿੱਚ ਜੇ ਸਫਲ ਹੋ ਗਿਆ ਫਿਰ ਉਹਨਾਂ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਕਰਨਗੇ ਇਹ ਤਾਂ ਰਿਸਰਚ ਦੇ ਐਂਗਲ ਨੇ ਲੇਕਿਨ ਆਯੁਰਵੈਦ ਦੇ ਵਿੱਚ ਅਸੀਂ ਡੈਫੀਨਟਲੀ ਉਹਨਾਂ ਲੋਕਾਂ जिन्हें भी साडे विशेषज्ञ होगे उन हेल्प करोगे और उधर बीच की औषधि लेनी है वो सब इरो दसुगे और काफी कुछ मदद तो हो सकती है और इथे दफे यूथ जड़ा हैगा और डी एडिक्ट फे डी एडिक्ट हो रहा मतलब। ड्रग्स का इलाज दे लिए डी एडिक्शन सेंटर खुल रहा है हां अब एक एक एकनो आयुर्वेदिक और ये दोनों मिलके कर रही है ਦੂਸਰੀ ਮੈਂ ਕੁਛ ਤਜਰਬੇ ਵੀ ਤੁਹਾਡੇ ਸੁਣਨਾ ਚਾਹੁੰਦਾ ਜਿਹੜੇ ਲੋਕ ਦੇਖਦੇ ਤੁਸੀਂ ਬਹੁਤ ਸਾਰੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੇ ਨਾਲ ਕੰਮ ਕੀਤਾ ਜਿਹਦਾ ਅਸੀਂ ਪਹਿਲੀ ਗੱਲ ਕੀਤੀ ਨਰਿੰਦਰ ਮੋਦੀ ਹੁਣਾਂ ਨੂੰ ਵੀ ਤੁਸੀਂ ਸਲਾਹ مشورہ ਦਿੰਦੇ ਰਹੇ ਹੋ ਅਟਲ ਬਿਹਾਰੀ ਵਾਜਪਈ ਦੇਜ ਦੇ ਸਭ ਤੋਂ ਵੱਡੇ ਲੀਡਰਾਂ ਦੇ ਵਿੱਚੋਂ ਗਿਣੇ ਜਾਂਦੇ ਨੇ ਮੁਰਾਰ지 ਦੇਸਾਈ ਜਾਂ ਹੋਰ ਜਿਹੜੇ ਨਰਸਿਮਹਾ ਰਾਓ ਪੀ ਨਰਸਿਮਹਾ ਰਾਓ ਇਹਨਾਂ ਦੇ ਨਾਲ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਆਯੁਰਵੈਦਿਕ ਪੰਦੀ ਦੇ ਵਿੱਚ ਇਹਨਾਂ ਦਾ ਕਿੰਨਾ ਕ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਦੇਖੇ ਸਾਡਾ ਇਹਨਾਂ ਦਾ ਜੋ ਵੀ ਸੰਬੰਧ ਰਿਹਾ ਉਹ ਚਿਕਿਤਸਕ ਦੇ ਰੂਪ ਚ ਹਮ ਨਾ ਕਿ ਕੋਈ ਲੀਡਰ ਹੈ ਰਾਜਨੇਤਾ ਦੇ ਰੂਪ ਚ ਹਮ ਜਦ ਜ ਅਟਲ ਬਿਹਾਰੀ ਵਾਜਪਾਈ ਤੋਂ ਗੱਲ ਸ਼ੁਰੂ ਕਰਨਾ ਜਾਂਦਾ ਵਾਜਪਾਈ ਜੀ ਦਾ ਸੰਬੰਧ ਸਾਡਾ ਜਦੋਂ ਪ੍ਰਾਈਮ ਮਿਨਿਸਟਰ ਨੇ ਸੀ ਉਹ ਤੋਂ ਪਹਿਲਾਂ ਜਦ 77 78 ਦੇ ਵਿੱਚ ਉਹ ਜਨਤਾ ਕਾਂਗਰਸ ਦੇ ਮਿਨਿਸਟਰੀ ਉਹਦੇ ਵਿੱਚ ਵਿੱਚ ਉਹ ਤੋਂ ਆਉਂਦੇ ਰਿਹਾ 40 ਸਾਲ ਸਾਡੇ ਕੋਲ ਆਉਂਦੇ ਰਿਹਾ ਫਿਰ ਜਦ ਪ੍ਰਾਈਮ ਮਿਨਿਸਟਰ ਸੀ ਫਿਰ ਮੈਨੂੰ ਹਰ ਹਫਤੇ ਦੇਖਣ ਜਾਂਦਾ ਸੀ ਇਸੇ ਪ੍ਰਕਾਰ ਨਸਿਮਰ राव ਜੀ ਜਦੋਂ ਮਿਨਿਸਟਰ ਨਹੀਂ ਸੀ ਜਦ ਮਿਨਿਸਟਰ ਸੀ ਉਹਦਾ ਵੀ ਹੁੰਦੇ ਸੀ ਫਿਰ ਐਸ ਪ੍ਰਾਈਮ ਮਿਨਿਸਟਰ ਉਹਨਾਂ ਦਾ ਮੈਂ ਲਗਾਤਾਰ ਚਿਕਿਤਸਾ ਕੀਤੀ ਉਹਨਾਂ ਦੀ ਆਈ ਵਿੱਚ ਰੁਚੀ ਸੀ ਉਹਨਾਂ ਨੇ ਸਾਡਾ ਡਿਪਾਰਟਮੈਂਟ ਬਣਾਇਆ ਜਿਹੜਾ ਡਿਪਾਰਟਮੈਂਟ ਬਣਿਆ ਮਿਨਿਸਟਰੀ ਫਾਈਜ਼ ਦਾ ਇਹ ਨਿਸੰਬਰ ਆਜਿਨ ਜਿਹੜਾ ਪ੍ਰਾਈਮ ਮਿਨਿਸਟਰ ਸੀ ਹਮਮ ਔਰ ਉਹਦੇ ਬਾਅਦ ਫਿਰ ਅਟਲ ਜੀ ਨੇ ਸਾਡਾ ਇਹਨੂੰ ਹੋਰ ਪੁਸ਼ਟ ਕੀਤਾ ਹਮਮ ਇਹਦਾ ਨਾਮ ਬਦਲਿਆ ਹੈ ਡਿਪਾਰਟਮੈਂਟ ਕੀਤਾ ਫਿਰ ਮੋਦੀ ਜੀ ਜਦ ਪ੍ਰਾਈਮ ਮਿਨਿਸਟਰ ਬਣ ਕੇ ਆਏ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਸੀ ਜਦ ਅਹਮਦਾਬਾਦ ਚ ਫੰਕਸ਼ਨ ਕੀਤਾ ਸੀ 2014 ਦੇ ਵਿੱਚ ਕਿ ਸਾਡੇ ਪ੍ਰਾਈਮ ਮਿਨਿਸਟਰ ਬਣਦੇ ਬਾਅਦ ਸਾਡਾ ਮਿਨਿਸਟਰੀ ਅਲੱਗ ਹੋਣੀ ਚਾਹੀਦੀ ਉਹਨਾਂ ਨੇ ਆ ਕੇ ਮਿਨਿਸਟਰੀ ਅਲੱਗ ਕੀਤੀ ਔਰ ਇਹ ਕਾਫੀ ਲੋਕਾਂ ਦਾ ਯੋਗਦਾਨ ਹੈ ਔਰ ਸਾਡੇ ਇਵਨ ਪ੍ਰੈਜ਼ੀਡੈਂਟਸ ਬਹੁਤ ਸਾਰੇ ਰਾਸ਼ਟਰਪਤੀ ਦਾ ਅਸੀਂ ਚਿਕਿਤਸਾ ਕਰਦੇ ਰਹੇ ਗੈਰੀ ਜੈਲ ਸਿੰਘ ਜੀ ਆਪਣੇ ਹਮਾਰੇ ਵਿੰਕਟਰਮਨ ਜੀ ਪ੍ਰਤੀਬਾ ਪਾਟੇਲ ਜੀ ਬਹੁਤ ਸਾਰੇ ਜਿੰਨਾਂ ਪ੍ਰੈਜ਼ੀਡੈਂਟ ਦਾ ਇਲਾਜ ਚਿਕਿਤਸਾ ਦੇ ਰੋਪ ਐਜ਼ ਅ ਚਿਕਿਤਸਕ ਸਬੰਧ ਰਿਹਾ ਹੂੰ ਐਜ਼ ਅ ਚਿਕਿਤਸਕ ਸਬੰਧ ਰਿਹਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਰਿਹਾ ਕਿਉਂਕਿ ਕਰੋਨਾ ਕਾਲ ਦੇ ਵਿੱਚ ਤੇ ਪ੍ਰਧਾਨ ਮੰਤਰੀ ਮੋਦੀ ਹੈਗੇ ਲੋਕੀ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਮੋਦੀ ਜਿਹੜਾ ਉਹ ਆਯੁਰਵੇਦ 'ਚ ਕਿੰਨਾ ਕੁ ਯਕੀਨ ਰੱਖਦੇ ਨੇ ਮੋਦੀ ਜੀ ਦੀ ਆਯੁਰਵੇਦ 'ਚ ਬਹੁਤ ਸ਼ਰਧਾ ਰਾਗਾੜ ਸ਼ਰਧਾ ਯੋਗ অর ਆਯੁਰਵੇਦ ਯੋਗ ਨੂੰ ਉਹਨੇ ਪੂਰੇ ਵਿਸ਼ਵ ਦੇ ਵਿੱਚ ਐਸਟੈਬਲਿਸ਼ ਕੀਤਾ ਔਰ ਹਰ ਹੁਣ ਤਾਂ ਹਰ 10 ਦਿਨ ਦੋ ਹਫ਼ਤੇ ਦੇ ਬਾਅਦ ਉਹ ਕਹਿੰਦੇ ਆ ਕਿ ਇਹ ਜਿਹੜੀ ਹੁਣ ਸਦੀ ਹੈ ਆਯੁਰਵੇਦ ਦੀ ਹੈ ਔਰ ਆਯੁਰਵੇਦ ਪੂਰੇ ਵਿਸ਼ਵ ਵਿੱਚ ਜਾਊਗਾ ਉਹਨਾਂ ਦੀ ਆਯੁਰਵੇਦ 'ਚ ਵੀ ਬਹੁਤ ਵਿਸ਼ਵਾਸ ਹੈ ਆਯੁਰਵੇਦ ਦੀ ਚਿਕਿਤਸਾ ਦੇ ਵਿੱਚ ਵੀ ਆਯੁਰਵੇਦ ਦੇ ਪ੍ਰਿੰਸੀਪਲਸ ਦੇ ਵਿੱਚ ਵੀ ਔਰ ਯੋਗ ਦੇ ਵਿੱਚ ਵੀ ਕਿਹੜਾ ਇਲਾਜ ਕੀਤਾ ਤੁਸੀਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਰਸਨਲ ਕੁਐਸਚਨਸ ਹੁੰਦੇ ਆ ਮੈਨੂੰ ਲੱਗਦਾ ਇਹ ਨਹੀਂ ਪੁੱਛਣੇ ਚਾਹੀਦੇ ਨਾ ਕਹਿਣਾ ਚਾਹੀਦਾ ਹੂੰ प्रधानमंत्री स्वास्थ्य है साढ़े मैंने उन्होंने को ज़्यादा इस वे चिकित्सा दी वो भी नहीं है लेकिन जद जद भी किसी भी रूप दे बेच वो खुद भी मेडिकेशन कर लेते हैं लेकिन आयुर्वेद आयुर्वेद बहुत अच्छी तरह जानते हैं और आयुर्वेद से उन्होंने श्रद्धा है आयुर्वेद और खुद भी जड़ी घरेलू चीज़ा होनी है वो इस्तेमाल करते हैं और चिकित्सक के नाते मेरा उन्होंने संबंध रहा और मैं ये कह उन्हों कि उन्होंने आयुर्वेद को देश और पूरे विश्व दे पटल पर लेके गए हो और आज

ਉੱਥੇ ਇਸ ਤਰ੍ਹਾਂ ਦੇ ਕਲੀਨਿਕ ਹਸਪੀਟਲ ਖੁੱਲਣਗੇ ਜਾਂ ਕੀ ਹੋਏਗਾ ਉੱਥੇ ਇੱਕ ਚੇਅਰ ਵੀ ਉੱਥੇ ਸਥਾਪਿਤ ਕੀਤੀ ਜਾਂਦੀ ਹੈ ਉਹ ਚੇਅਰ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਉੱਥੇ ਸਾਡਾ ਆਯੁਰਵਿਡ ਡਿਪਾਰਟਮੈਂਟ ਉੱਥੇ ਕਿਸੇ ਟੈਕਨੀਕਲ ਐਕਸਪਰਟ ਆਏ ਵਿਦ ਫਿਜ਼ੀਸ਼ੀਨ ਨੂੰ ਭੇਜਦਾ ਜਿਹੜਾ ਉੱਥੇ ਜਾ ਕੇ 2 ਸਾਲ ਜਾ ਕੇ ਲੈਕਚਰ ਜਾਂਦਾ ਉੱਥੇ ਸਿਖਾਉਂਦਾ ਯੂਨੀਵਰਸਿਟੀ ਜਾ ਕੇ ਮਤਲਬ ਦੇਸ਼ ਅਡਾਪਟ ਕਰ ਰਹੇ ਹਨ ਦੁਨੀਆ ਅਡਾਪਟ ਕਰ ਰਹੀ ਹੈ ਇੰਡੀਆ ਦੇ ਇਸ ਫਾਰਮੂਲੇ ਨੂੰ ਆਯੁਰਵੇਦ ਨੂੰ ਬਿਲਕੁਲ ਠੀਕ ਹੈ ਆਖਿਰ ਦੇ ਵਿੱਚ ਆਖਰੀ ਕਮੈਂਟ ਹੁਣ ਕਰੋਨਾ ਦੇ ਵਿੱਚ ਤੁਸੀਂ ਕੀ ਸੁਜੈਸਟ ਕਰਨਾ ਚਾ मैं फिर दोबारा बार बार कहूँगा कि लोगों को बहुत ज़्यादा ध्यान रखना चाहिए सोशल डिस्टेंसिंग का जिन्हें भी बड़े बड़े फंक्शन च नहीं जाना चाहिए था, दूर रह हैगी आयुष प्रोटोकॉल फॉलो करन और वैक्सीनेशन जरूर लैन वैक्सीनेशन लैन के ना शरीर की प्रोटैक्शन भी होंगी है ਔਰ ਤੁਸੀਂ ਆਪਣੇ ਆਪ ਨੂੰ ਵੀ ਬਚਾਉਂਗੇ ਆਪਣੇ ਪਰਿਵਾਰ ਨੂੰ ਵੀ ਬਚਾਉਂਗੇ ਔਰ ਆਪਣੇ ਪਰਿਵਾਰ ਦੇ ਜਿਹੜੇ ਪਹਿਲੇ ਬਜ਼ੁਰਗ ਹੋ ਗਏ ਆ ਪਹਿਲੇ ਉਹਨਾਂ ਨੂੰ ਵੈਕਸੀਨੇਟ ਕਰੋ ਤਾਂ ਕਿ ਉਹ ਸੇਫ ਹੋ ਲੈਣ। ਸ਼ੀਕੋ ਜੀ ਬਹੁਤ-ਬਹੁਤ ਤਨਵਾਦ ਵੈਸਪ ਸੋਲੂਸ਼ਨ ਦਵਿੰਦਰ ਤ੍ਰਿਗੁਣਾ ਜਿਨ੍ਹਾਂ ਨੇ ਦੱਸਿਆ ਕਿ ਆਯੁਰਵੇਦ ਦੇ ਕਿਸ ਤਰ੍ਹਾਂ ਦੇ ਨਾਲ ਫਾਇਦੇ ਲਿੱਤੇ ਜਾ ਸਕਦੇ ਨੇ ਕਿਉਂਕਿ ਕਰੋਨਾ ਦਾ ਦੁਬਾਰਾ ਹੁਣ ਕਹਿਆ ਜਾ ਰਿਹਾ ਹੈ ਕਿ ਦੁਬਾਰਾ ਸੈਕੰਡ ਵੇਵ ਹੈ ਕਰੋਨਾ ਦੀ। ਦੁਬਾਰਾ ਲਾਕਡਾਊਨ ਵੱਲ ਨੂੰ ਵੱਧ ਰਹੀ ਹੈ ਇਹ ਸਥਿਤੀ ਨਾਈਟ ਕਰਫਿਊ ਸ਼ੁਰੂ ਹੋ ਚੁੱਕੇ ਨੇ ਪਰ ਜਿਹੜੀ ਆਯੁਰਵੈਦਿਕ ਡਿਸਪੈਂਸਰੀਆਂ ਪੰਜਾਬ ਭਰ ਦੇ ਵਿੱਚ ਖੁੱਲੀਆਂ ਹੋਈਆਂ ਨੇ ਦਵਿੰਦਰ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਵਿੱਚ ਇੱਕ ਸਮਾਨਤਰ ਰੂਪ ਦੇ ਵਿੱਚ ਇਲਾਜ ਜਿਹੜਾ ਉਹ ਦਿੱਤਾ ਜਾ ਸਕਦਾ ਹਾਲਾਂਕਿ ਜੇ ਕਿਸੇ ਦੀ ਕ੍ਰਿਟੀਕਲ ਕੰਡੀਸ਼ਨ ਹੈਗੀ ਤੇ ਜ਼ਾਹਿਰ ਤੌਰ ਤੇ ਉਸ ਨੂੰ ਬਿਨਾਂ ਦੇਰੀ ਕੀਤੇ ਹਸਪੀਟਲਸ ਦੇ ਵੱਲ ਮੂਵ ਕਰਨਾ ਚਾਹੀਦਾ ਪਰ ਦਵਿੰਦਰ ਉਹਨਾਂ ਦਾ ਦਾਵਾ ਹੈਗਾ ਇਹ ਗੱਲ ਦਾ ਕਿ ਆਯੁਰਵੈਦਿਕ ਪદ્ધਤੀ ਦੇ ਨਾਲ ਹੁਣ ਤੱਕ ਜਿਨ੍ਹਾਂ ਲੋਕਾਂ ਦਾ ਇਲਾਜ ਕੀਤਾ ਗਿਆ ਉਹਨਾਂ ਨੂੰ ਕਰੋਨਾ ਦੇ ਵਿੱਚ ਵੀ ਬਹੁਤ ਪੋਜ਼ਿਟਿਵ ਰਿਜ਼ਲਟ ਮਿਲੇ ਨੇ ਦਿੱਲੀ ਪੁਲਿਸ ਨੂੰ ਲੈ ਕੇ ਉਹ ਦਾਵਾ ਕਰ ਰਹੇ ਨੇ ਕਿ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੂੰ 80 ਹਜ਼ਾਰ ਮੁਲਾਜ਼ਮਾਂ ਦਾ ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਨੂੰ ਆਯੁਰਵੈਦਿਕ ਪੱਤੀ ਦੇ ਨਾਲ ਜਿਹੜਾ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਦਾ ਡੈਥ ਰੇਟ ਉੱਥੇ ਬਹੁਤ ਘੱਟ ਸੀਗਾ ਔਰ ਸਕਸੈਸ ਰੇਟ ਬਹੁਤ ਜ਼ਿਆਦਾ ਹੈਗਾ ਸੀਗਾ ਦਜਲੰਦਰ ਦੇ ਵਿੱਚ ਵੀ ਇੱਕ ਆਯੁਰਵੈਦਿਕ ਡਿਸਪੈਂਸਰੀ ਅੱਜ ਖੁੱਲੀ ਗਈ ਹੈ। ਤਮਾਮ ਲੋਕਾਂ ਨੂੰ ਉਹ ਕਹਿ ਰਹੇ ਨੇ ਕਿ ਆਯੁਰਵੈਦਿਕ ਨੂੰ ਅਡਾਪਟ ਕਰਨ ਦੇ ਨਾਲ ਕਰੋਨਾ ਕਾਲ ਦੇ ਵਿੱਚ ਵੀ ਸਿਹਤ ਜਿਹੜੀ ਹੈ ਉਹ ਬਿਹਤਰ ਰੱਖੀ ਜਾ ਸਕਦੀ ਹੈ। ਇਸ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨਰੋਦੈਨਿਕਸ ਵਿਰਾ ਦੇ ਨਾਲ ਫਿਲਹਾਲ